ਤੁਹਾਡਾ ਵੀ ਡਾਕਟਰ ਹਰੀਸ਼ ਮਹੋਤਰਾ, ਅੱਜ ਫਿਰ ਤੁਹਾਡੇ ਲਈ ਹਫ਼ਤਾਵਾਰੀ ਪ੍ਰੋਗਰਾਮ ਸਾਂਝੀਆਂ ਵਿਚਾਰਾਂ ਲੈ ਕੇ ਹਾਜ਼ਰ ਹਾਂ। ਕੁਛ ਕਾਰਨਾਂ ਕਰਕੇ ਮੇਰਾ ਸਹਿਯੋਗੀ, ਮੇਰਾ ਦੋਸਤ ਧਰਮਚੰਦ ਮਿਹੇ ਹੁਣੀ ਅੱਜ ਆ ਨਹੀਂ ਸਕੇ। ਅੱਜ ਜਿਸ ਟੌਪਿਕ 'ਤੇ ਆਪਾਂ ਗੱਲ ਕਰਨੀ ਹੈ ਉਹ ਹੈਗਾ ਵੀ ਕ੍ਰਾਈਮ ਜਿਹੜਾ ਹੈਗਾ ਬ੍ਰਿਟੇਨ ਦੇ ਵਿੱਚ, UK ਦੇ ਵਿੱਚ ਦਿਨੋਂ ਦਿਨ ਵੱਧ ਰਿਹਾ, ਕਈ ਕਿਸਮ ਦਾ ਕ੍ਰਾਈਮ ਯਾਨੀ ਕਿ ਵੱਧ ਰਿਹਾ ਹੈਗਾ, ਅਤੇ ਇਹਦੇ ਬਾਰੇ ਆਪਾਂ ਗੱਲ ਕਰਨੀ ਲਈ ਵੀ ਕ੍ਰਾਈਮ ਕਿੰਨਾ ਕੁ ਵਧਿਆ ਹੈਗਾ, ਕਿਉਂ ਵਧਿਆ, ਇਹਦੇ ਕਾਰਨ ਕੀ ਹੈਗੇ ਆ, ਉਹਨਾਂ ਬਾਰੇ ਵੀ ਗੱਲ ਕਰਨੀ, ਅਤੇ ਆਪਾਂ ਇਹਦੇ ਇਹ ਵੀ ਗੱਲ ਕਰਾਂਗੇ ਕਿ ਇਹਨੂੰ ਆਪਾਂ ਘਟਾਇਆ ਕਿੱਦਾਂ ਜਾ ਸਕਦਾ ਹੈਗਾ, ਆਪਾਂ ਕੀ ਕਰ ਸਕਦੇ ਹਾਂ, ਸਰਕਾਰਾਂ ਨੂੰ ਕੀ ਕਰਨਾ ਚਾਹੀਦਾ ਤਾਂ ਕਿ ਕ੍ਰਾਈਮ ਜਿਹੜੀ ਹੈਗਾ ਉਹ ਘੱਟ ਸਕੇ, ਲੋਕ ਆਪਣੇ ਆਪ ਨੂੰ ਸੁਰੱਖਿਅਤ ਫੀਲ ਕਰਨ, ਆਪਣੇ ਘਰ ਵਿੱਚ ਵੀ ਅਤੇ ਘਰ ਤੋਂ ਬਾਹਰ ਵੀ ਆਪਣੇ ਆਪ ਨੂੰ ਸੁਰੱਖਿਅਤ ਫੀਲ ਕਰਨ। ਸਾਡੀਆਂ ਟੈਲੀਫੋਨ ਲਾਈਨ ਜਿਸ ਤਰ੍ਹਾਂ ਅੱਗੇ ਵੀ ਹੁੰਦਾ ਹੈਗਾ, ਹੁਣ ਤੋਂ ਹੀ ਖੁੱਲੀਆਂ ਕਿਉਂਕਿ ਆਪਾਂ ਕੋਈ ਹੋਰ ਬਹੁਤੀ ਲੰਮੀ ਚੌੜੀ ਭੂਮਿਕਾ ਨਹੀਂ ਬਣਨੀ। ਮੈਂ ਕਾਫੀ ਕੁਛ ਲਿਖ ਕੇ ਵੀ ਲਿਆ ਪਰ ਮੈਂ ਤੁਹਾਡੇ ਵਿਚਾਰ ਵੀ ਜਾਣ ਕੇ ਸੁਣਨਾ ਚਾਹੁੰਦਾ ਪਹਿਲਾਂ ਵੀ ਤੁਹਾਡਾ ਕੀ ਖਿਆਲ ਹੈ। ਮੇਰਾ ਖਿਆਲ ਨਹੀਂ ਬ੍ਰਿਟੇਨ ਦਾ ਕੋਈ ਵੀ ਇਹੋ ਜਿਹਾ ਹਿੱਸਾ ਹੈਗਾ ਜਿੱਥੇ ਕ੍ਰਾਈਮ ਜਿਹੜਾ ਉਹ ਨਹੀਂ ਹੋ ਰਿਹਾ ਹੈਗਾ, ਅਤੇ ਕ੍ਰਾਈਮ ਕੁਛ ਪਿਛਲੇ ਸਾਲਾਂ ਵਿੱਚ ਬਹੁਤ ਜ਼ਿਆਦਾ ਵੱਧ ਗਿਆ, ਚਾਹੇ ਯਾਨੀ ਕਿ ਆਪਾਂ ਕਾਰਾਂ ਚੋਰੀ ਦੀ ਗੱਲ ਕਰ ਲਈਏ, ਚਾਹੇ ਯਾਨੀ ਕਿਹੜਾ ਹੈਗਾ ਭੰਨ ਤੋੜ ਦੀ ਗੱਲ ਕਰ ਲਈਏ, ਘਰਾਂ ਨੂੰ ਜਿਹੜਾ ਹੈਗਾ ਸੰਨ ਲਾਉਣ ਦੀ ਗੱਲ ਕਰ ਲਈਏ, ਜਾਂ ਯਾਨੀ ਕਿਹੜਾ ਹੈਗਾ ਇੰਡੀਵਿਜੁਅਲ ਬੇਸ 'ਤੇ ਵੀ ਕੋਈ ਖੋਆ ਖੁਆਈ ਦੀ ਯਾਨੀ ਕਿ ਗੱਲ ਕੋਈ ਕਰ ਲਈਏ, ਚੋਰੀਆਂ ਚਕਾਰੀਆਂ ਦੀ ਗੱਲ ਕਰ ਲਈਏ, ਸਟੋਰਾਂ ਵਿੱਚ ਯਾਨੀ ਕਿ ਗੱਲ ਕਰ ਲਈਏ, ਕਿਸੇ ਤਰ੍ਹਾਂ ਦੀ ਵੀ ਤੁਸੀਂ ਯਾਨੀ ਕਿ ਦੇਖੋ ਵੀ ਕ੍ਰਾਈਮ ਜਿਹੜਾ ਹੈਗਾ ਔਨ ਦੀ ਹੋਲ, ਇਹ ਜਿਹੜੀਆਂ ਸਰਕਾਰੀ ਰਿਪੋਰਟਾਂ ਅਤੇ ਪੁਲਿਸ ਦੀਆਂ ਰਿਪੋਰਟਾਂ ਉਹ ਵੀ ਦੱਸਦੀਆਂ ਕਿ ਜਿਹੜਾ ਕ੍ਰਾਈਮ ਹੈਗਾ ਅੱਗੇ ਨਾਲੋਂ ਵਧਿਆ। ਅਤੇ ਮੈਂ ਤੁਹਾਡੇ ਤੋਂ ਸੁਣਨਾ ਚਾਹੁੰਦਾ ਤੁਸੀਂ ਆਪਣੇ ਏਰੀਏ ਵਿੱਚ ਜਾਂ ਆਪਣੇ ਸ਼ਹਿਰ ਦੇ ਵਿੱਚ ਤੁਸੀਂ ਕਿੱਦਾਂ ਮਹਿਸੂਸ ਕਰਦੇ ਹਾਂ, ਤੁਹਾਨੂੰ ਕਿੱਦਾਂ ਲੱਗਦਾ ਵੀ ਕ੍ਰਾਈਮ ਜਿਹੜਾ ਹੈਗਾ ਕਿਉਂ ਅੱਗੇ ਨਾਲੋਂ ਵੱਧ ਗਿਆ ਹੈਗਾ, ਜਦੋਂ ਆਪਾਂ ਗੱਲ ਕਰਦੇ ਹੈਗੇ ਹਾਂ ਜਦੋਂ 40-50 ਸਾਲ ਪਹਿਲਾਂ ਦੀ ਗੱਲ ਜਾਣ ਕੇ ਜਾਂ ਉਸ ਤੋਂ ਜਾਣ ਕੇ ਘੱਟ ਸਮੇਂ 'ਤੇ ਵੀ ਗੱਲ ਕਰਦੇ ਹਾਂ, ਮੇਰਾ ਖਿਆਲ ਕ੍ਰਾਈਮ ਇੰਨਾ ਜ਼ਿਆਦਾ ਨਹੀਂ ਸੀ, ਪਰ ਹੁਣ ਜਿਹੜਾ ਹੈਗਾ ਕ੍ਰਾਈਮ ਬਹੁਤ ਸਾਰਾ ਯਾਨੀ ਕਿ ਵੱਧ ਗਿਆ ਹੈਗਾ। ਇਹਦੇ ਬਹੁਤ ਸਾਰੇ ਕਾਰਨ ਜਿਹੜੇ ਹੈਗੇ ਆ ਆਪਾਂ ਗਿਣ ਵੀ ਸਕਦੇ ਹਾਂ, ਪਰ ਮੈਂ ਤੁਹਾਡੇ ਤੋਂ ਵੀ ਸੁਣਨਾ ਚਾਹੁੰਦਾ, ਸਾਡੀਆਂ ਟੈਲੀਫੋਨ ਲਾਈਨ ਜਿਹੜੀਆਂ ਉਹ ਹੁਣ ਤੋਂ ਖੁੱਲੀਆਂ, ਨੰਬਰ ਜਿਹੜਾ ਹੈਗਾ ਉਹ 0300-770-2246 ਹੈ। ਅਤੇ ਜੇ ਤੁਸੀਂ ਬ੍ਰਿਟੇਨ ਤੋਂ ਬਾਹਰ ਤੋਂ ਟੈਲੀਫੋਨ ਕਰ ਰਹੇ ਹਾਂ ਤਾਂ ਫਿਰ ਜਿਹੜਾ ਹੈਗਾ ਤੁਹਾਨੂੰ ਇੰਟਰਨੈਸ਼ਨਲ ਕੋਡ ਲਾਉਣ ਤੋਂ ਬਾਅਦ ਜਿਹੜਾ ਬ੍ਰਿਟੇਨ ਦਾ ਕੋਡ ਹੈਗਾ 44 ਅਤੇ ਉਸ ਤੋਂ ਬਾਅਦ 300-770-2246 ਨੰਬਰ ਯਾਨੀ ਕਮਾਉਣਾ ਪਊਗਾ। ਮੈਂ ਤੁਹਾਡੇ ਟੈਲੀਫੋਨ ਕਾਲਸ ਦੀ ਵੇਟ ਕਰ ਰਿਹਾ ਅਤੇ ਮੈਂ ਇਹਦੇ ਬਾਰੇ ਅੱਜ ਭਰਪੂਰ ਚਰਚਾ ਕਰਨਾ ਚਾਹੁੰਦਾ ਲੈ ਜਿਹੜਾ ਕ੍ਰਾਈਮ ਹੈਗਾ ਉਹ ਕਿਉਂ ਵੱਧ ਗਿਆ, ਰੇਸ ਯਾਨੀ ਕਿ ਨਾਲ ਕੰਸਰਨਡ ਵੀ ਜਿਹੜੀਆਂ ਇੰਸੀਡੈਂਟਸ ਹੈਗੇ ਆ ਉਹ ਵੀ ਬਹੁਤ ਵਧੇ ਹੈਗੇ ਆ। ਆਪਾਂ ਨੂੰ ਪਤਾ ਹੈ ਲੈ ਵੀ ਖਬਰ ਰੀਸੈਂਟਲੀ ਜਿਹੜੀ ਸੀ ਮੇਨ ਖਬਰ ਯਾਨੀ ਕਿ ਆਉਂਦੀ ਰਹੀ ਹੈਗੀ ਲੈਸਟਰ ਸ਼ਹਿਰ ਦੇ ਵਿੱਚ ਇੱਕ 80 ਸਾਲ ਦਾ ਆਪਣਾ ਏਸ਼ੀਅਨ ਬੰਦਾ ਸੀਗਾ, ਉਹਨੂੰ ਜਿਹੜਾ ਸੀ ਮਿਸਟਰ ਕੋਹਲੀ ਉਹਨੂੰ ਕੁਛ ਜਿਹੜੇ ਯੰਗ ਪੀਪਲ ਸੀਗੇ ਉਹਨਾਂ ਨੇ ਜਿਹੜਾ ਸੀਗਾ ਇੱਟਾਂ ਮਾਰ ਕੇ ਯਾਨੀ ਕਿ ਜਾਂ ਕਿਸੇ ਤਰੀਕੇ ਨਾਲ ਜਿਹੜਾ ਹੈਗਾ ਠੁੱਡੇ ਮਾਰ ਕੇ ਉਹਨੂੰ ਜਿਹੜਾ ਹੈਗਾ ਮਾਰਤਾ, ਜਦੋਂ ਉਹਦੀ ਬਹੁਤ ਸਾਰੀਆਂ ਇੰਜਰੀਜ਼ ਹੋ ਗਈਆਂ ਅਤੇ ਉਹਦਾ ਹਸਪਤਾਲ ਦੇ ਵਿੱਚ ਜਿਹੜਾ ਹੈਗਾ ਉਹ ਇੰਤਕਾਲ ਹੋ ਗਿਆ ਯਾਨੀ ਕਿ ਉਹ ਸਦਾ ਲਈ ਇਸ ਦੁਨੀਆਂ ਨੂੰ ਛੱਡ ਗਿਆ। ਰੇਸ ਹੇਟਡ ਵੀ ਕ੍ਰਾਈਮ ਯਾਨੀ ਕਿ ਬਹੁਤ ਵਧੇ ਹੈਗੇ ਆ, ਪਰ ਇਸ ਤੋਂ ਬਿਨਾਂ ਹੋਰ ਵੀ ਬਹੁਤ ਸਾਰੇ ਕ੍ਰਾਈਮ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਗੱਲ ਕੀਤੀ ਹੋਰ ਵੀ ਬਹੁਤ ਸਾਰੇ ਕ੍ਰਾਈਮ ਵਧੇ ਹੈ, ਮਰਡਰ ਦੇ ਕੇਸ ਵੀ ਬਹੁਤ ਸਾਰੇ ਵਧੇ ਹੈਗੇ ਆ, ਫਿਰ ਜਿਹੜਾ ਸੈਕਸੁਅਲ ਵਾਇਲੈਂਸ ਵੀ ਬਹੁਤ ਸਾਰੀ ਵਧੀ ਹੈ। ਹੈਲੋ ਜੀ, ਕੌਣ ਤਾਂ ਜੀ, ਕਿੱਥੋਂ ਬੋਲ ਰਹੇ ਜੀ, ਤੁਹਾਡਾ ਸਵਾਗਤ ਹੈ ਜੀ। ਹੈਲੋ ਡਾਕਟਰ ਸਾਹਿਬ, ਜੈ ਗੁਰਦੇਵ, ਸਤਿ ਸ਼੍ਰੀ ਅਕਾਲ। ਜੈ ਗੁਰਦੇਵ, ਮਾਨਕ ਸਾਹਿਬ ਤੁਹਾਡਾ ਵੈਲਕਮ ਹੈ, ਖੁਸ਼ਾਮਦੀਦ ਆ, ਕੀ ਕਹਿਣਾ ਚਾਹੁੰਦੇ ਆ ਕ੍ਰਾਈਮ ਬਾਰੇ? ਮੈਂ ਤਾਂ ਡਾਕਟਰ ਸਾਹਿਬ ਤੁਹਾਡੇ ਕੋਲੋਂ ਸਹਿ ਕੇ ਤੁਹਾਡੇ ਨਾਲ ਇਹ ਗੱਲਾਂ ਬਾਤਾਂ ਕਰੀ ਜਾਂਦੀਆਂ। ਡਾਕਟਰ ਸਾਹਿਬ, ਟੌਪਿਕ ਇਦਾਂ ਦੇ ਹੋਣੇ ਚਾਹੀਦੇ ਆ, ਬਾਕੀ ਰੱਬ ਦੁਆਲੇ ਬਹੁਤ ਹੋਏ ਹੋਵਾਂ ਅਸੀਂ, ਉਹਨਾਂ ਚੋਂ ਉਹ ਚੀਜ਼ ਨੇ ਲੱਭਣੀ ਜਿਹੜੀ ਹੁਣ ਤੁਸੀਂ ਮੰਗ ਰਹੇ ਆ। ਬਿਲਕੁਲ ਬਿਲਕੁਲ।
ਦੇਖੋ ਕ੍ਰਾਈਮ ਹਰ ਮੁਲਕ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਵਧਿਆ ਜਾਂ ਘਟਿਆ ਨਹੀਂ। ਬਿਲਕੁਲ ਬਿਲਕੁਲ, ਜੇ ਸਾਨੂੰ ਪਤਾ ਵੀ ਕ੍ਰਾਈਮ ਹੁੰਦਾ ਕਿੱਦਾਂ, ਸਾਨੂੰ ਇਹ ਵੀ ਪਤਾ ਲੱਗ ਜਾਣਾ ਚਾਹੀਦਾ ਵੀ ਕ੍ਰਾਈਮ ਘਟਦਾ ਕਿੱਦਾਂ ਹੁੰਦਾ। ਹਾਂਜੀ 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 ਹਾਂਜੀ। ਪੁਲਿਸ ਇੱਥੇ ਬਾਰ ਬਾਰ ਕਹਿੰਦੀ ਆ, ਬਾਰ ਬਾਰ ਕਹਿੰਦੀ ਆ ਵੀ ਫਲਾਨੀ ਸ਼ਗਲ ਦਾ ਬੰਦਾ ਚੋਰੀਆਂ ਕਰਦਾ, ਗੱਡੀਆਂ ਭਾਂਦਾ, ਗਲਤ ਫੋਨ ਕਰਦਾ, ਨਿਆਣਿਆਂ ਤੋਂ ਵੇਲੇ ਵੇਲੇ ਖੋਹ ਲੈਂਦਾ ਪੈਸੇ ਖਰਚਦਾ, ਵੀ ਉਹ ਬੰਦੇ ਬਾਰੇ ਸਾਨੂੰ ਦੱਸੋ, ਅਸੀਂ ਤੁਹਾਡਾ ਜਿਹੜਾ ਅਤਾ ਪਤਾ ਗੁਪਤ ਰੱਖਾਂਗੇ। ਬਿਲਕੁਲ ਬਿਲਕੁਲ ਬਿਲਕੁਲ। ਉਹਦੇ ਬਾਅਦ ਵੀ ਸਾਡੇ ਲੋਕ ਡਰਦੇ ਆ, ਔਰ ਕਿੱਡੀ ਹੈਰਾਨੀ ਦੀ ਗੱਲ ਆ, ਸੇਬ ਜੈਂਤੀ ਲਈ ਅਸੀਂ 7000 ਮੀਲ ਤੋਂ ਆਏ ਹਾਂ। ਹਾਂਜੀ ਹਾਂਜੀ, ਇੱਥੇ ਆ ਕੇ ਫਿਰ ਅਸੀਂ ਡਰਦੇ ਹਾਂ, ਜਿੰਨਾ ਆਪਾਂ ਡਰਦੇ ਉਹਨਾਂ ਗੋਰੇ ਨੀ ਡਰਦੇ। ਹੁਣ ਦੇਖੋ ਆਪਾਂ ਕਹਿੰਦੇ ਹਾਂ ਵੀ ਇਹ ਸ਼ੈਤਾਨ ਗੁਆਮਿਆ, ਸ਼ੈਤਾਨ ਜਿੰਨੀ ਸ਼ੈਤਾਨ ਆ ਉਨੀ ਚੰਗੀ ਸ਼ੈਤਾਨ ਵੀ ਆਏ। ਬਿਲਕੁਲ ਬਿਲਕੁਲ ਬਿਲਕੁਲ, ਮੈਂ ਤਾਂ ਸਾਫ਼ ਗੱਲਾਂ ਬਾਤਾਂ ਕਰਦਾ ਹੁੰਦਾ ਵੀ ਜੇ ਕੋਈ ਬੰਦਾ ਗਲਤੀਆਂ ਹੀ ਕੱਢੀ ਜਾਵੇ, ਸਾਡੇ ਡਾਕਟਰ ਮਲਹੋਤਰਾ ਜੀ ਪ੍ਰੋਗਰਾਮ ਕਰਦੇ ਆ, ਅਸੀਂ ਸੁਣਦੇ ਹਾਂ, ਉਹ ਗਲਤੀਆਂ ਵੀ ਕੱਢਦੇ ਆ ਨਾਲ ਹੱਲ ਵੀ ਦਿੰਦੇ ਆ। ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ, ਐਵੇਂ ਨੀ ਪ੍ਰੋਗਰਾਮਾਂ ਨੂੰ ਚੰਗੇ ਬਣਾਇਆ ਜਾ ਸਕਦਾ, ਹੁਣ ਆਪਣਾ ਪ੍ਰੋਗਰਾਮ ਇਕੱਠੇ ਕਰ ਦੇ ਰਹੇ, ਸਾਂਝੀਆਂ ਬਚਾਣਾ। ਬਿਲਕੁਲ ਜੀ ਬਿਲਕੁਲ, ਹਾਂਜੀ ਹਾਂਜੀ, ਪਹਿਲਾਂ ਤੁਸੀਂ ਟੌਪਿਕ ਦੱਸਦੇ ਜੀ ਜਾਂ ਤੁਹਾਡੇ ਸਾਥੀ ਦੱਸਦੇ ਸੀ, ਉਹਦੇ ਉੱਪਰ ਆਪਾਂ ਵਿਚਾਰ ਕਰਦੇ ਹੁੰਦੇ ਵੀ ਇਹਦੇ ਬਾਰੇ ਲੋਕਾਂ ਦੇ ਦੁਆਰਾ ਕਿੱਦਾਂ ਲਿਆਉਣਗੇ। ਬਿਲਕੁਲ ਜੀ ਬਿਲਕੁਲ, ਆਪਾਂ ਉਹ ਗੱਲ ਘਰ ਕੇ ਲਿਆਉਂਦੀ ਸੀ ਲਿਆਉਂਦੇ ਸੀਗੇ ਜਿਹਦੀ ਘਰ ਘਰ ਲੋੜ ਆ। ਬਿਲਕੁਲ ਬਿਲਕੁਲ ਬਿਲਕੁਲ, ਦੇਖੋ ਕ੍ਰਾਈਮ ਤਾਂ ਵਧਣਾ ਹੀ ਆ, ਹੁਣ ਆਪਾਂ ਲੋਕ ਬੜੇ ਸਿੰਪਲ ਰਹਿੰਦੇ, ਗੋਲਿਆਂ ਵਾਂਗੂ ਨਹੀਂ ਕਰਦੇ, ਸਾਡੇ ਲੋਕਾਂ ਨੇ ਜੇ 2000 ਦੇ ਕੰਮ ਕਰਤਾ ਔਰ 10000 ਦਾ ਕੜਾ ਪਾ ਕੇ ਫਿਰਨਾ, ਜ਼ਰੂਰੀ ਨੇ ਕੜਾ ਮੇਰੇ ਭਰਾ ਬੁਰਾ ਕਿਹੜਾ ਬਣਾਉਣ, ਚਲੋ ਕੋਈ ਨਿਸ਼ਾਨੀ ਹੁੰਦੀ ਆ, ਉਹ ਚੀਜ਼ ਬਣੀ ਤਾਂ ਇਸ ਤਰ੍ਹਾਂ ਹੀ ਸੀ ਵੀ ਜੇ ਆਪਾਂ ਉਰੇ ਪਰੇ ਗਏ ਕਿਤੇ ਬੈਂਕ ਤਾਂ ਖੁੱਲ੍ਹੀ ਨਹੀਂ ਹੋਣੀ, ਮੈਂ ਇਹ ਮੁੰਦੀ ਜਾਂ ਕੋਈ ਗਹਿਣਾ ਗੱਟਾ ਵੇਚ ਕੇ ਆਪਣੀ ਜੇਬ ਦੇ ਵਿੱਚ ਖਾਤਾ ਪਾਣੀ ਕਰ ਲੂੰਗਾ ਫਿਰ। ਹਾਂਜੀ ਹਾਂਜੀ, ਪਰ ਸਾਡੇ ਕਰਦੇ ਕੀ ਸਿਰ ਦਿਖਾਉਣ ਲਈ, ਉਹਦੇ ਨਾਲ ਹੁੰਦਾ ਕੀ ਆ, ਫਿਰ ਦੂਜੇ ਵੀ ਫਿਰਦੇ ਆ ਤੇ ਖੋਹ ਲੈਣਾ ਕਾਲਿਆਂ ਨੂੰ ਵਿਚਾਰਿਆਂ ਨੂੰ ਕਹਿੰਦੇ ਆ, ਚਲੋ ਉਹ ਵੀ ਤਾਂ ਇਨਸਾਨ ਵਾ, ਉਹ ਕਹਿੰਦੇ ਚੰਗਾ ਵੀ ਜੇ ਤੁਸੀਂ ਬਹੁਤੀਆਂ ਬਾਹਾਂ ਭਰੀ ਰਹਿੰਦੇ ਤਾਂ ਅਸੀਂ ਖੋਹ ਨੂੰ ਤਿਆਰ ਆ। ਹਾਂ ਬਿਲਕੁਲ, ਫਿਰ ਹੀ ਬੋਲਦੇ, ਸਾਨੂੰ ਇਹ ਚੀਜ਼ ਤੇ ਨਿਗਾਹ ਰੱਖਣੀ ਚਾਹੀਦੀ ਵੀ ਜਿੱਦਾਂ ਅਸੀਂ ਦੂਜਿਆਂ ਦੇ ਮੁਲਕ 'ਚ ਜਾ ਕੇ ਰਹਿੰਦੇ ਹਾਂ ਵੀ ਅਕਸਰ ਉਹ ਵੀ ਕੋਈ ਗਲਤ ਹੈਗੀ ਹੈ ਜਿਹੜਾ ਉਹਨਾਂ ਉਹ ਆਪਣੇ ਆਪ ਨੂੰ ਸਾਡੇ ਤੋਂ ਜ਼ਿਆਦਾ ਸੇਫ ਮੰਨਦੇ ਆ। ਸਾਨੂੰ ਵੱਧ ਤੋਂ ਵੱਧ ਕਾਨੂੰਨ ਦੀ ਮਦਦ ਕਰਨੀ ਚਾਹੀਦੀ ਹੈ, ਜਦ ਕਿ ਇੱਥੇ ਵਾਲੀ ਪੁਲਿਸ ਜਿਹੜੀ ਬਹੁਤ ਖਿਆਲ ਰੱਖਦੀ ਤੁਹਾਡਾ, ਬਹੁਤ ਪ੍ਰੋਟੈਕਟ ਕਰਨੀ ਸਾਨੂੰ, ਅਤੇ ਅੱਜ ਦਾ ਪੁਲਿਸ ਵਾਲੇ 10-20 ਜਵਾਨ ਇਹਨਾਂ ਦੇ ਨਾਲ ਆ, ਕੱਲ੍ਹ ਨੂੰ ਵੀ ਆਪਣੇ ਘਰ ਬਹਿਣਾ, ਉਸ ਤੋਂ ਬਾਅਦ ਫਿਰ ਤਾਂ ਇਹ ਇਕੱਲੇ ਹੀ ਆ। ਇਸ ਕਰਕੇ ਮੈਂ ਤਾਂ ਇਹ ਗੱਲ ਕਹੂੰਗਾ ਵੱਧ ਤੋਂ ਵੱਧ ਆਂਢੀ ਗੁਆਂਢੀ ਦੇ ਵਿੱਚ ਆਪਾਂ ਇਹੋ ਜਿਹਾ ਵਿਚਾਰਾਂ ਕਰੀਏ, ਕਈਆਂ ਫੋਨ ਇੱਕ ਦੂਜੇ ਦਿੱਤੇ ਲਏ ਹੁੰਦੇ ਆ ਵੀ ਐਮਰਜੈਂਸੀ ਵੇਲੇ ਮੈਂ ਆਹ ਕੋਡ ਨਾਲ ਫੋਨ ਕਰੂੰਗਾ, ਮੈਂ ਉਹ ਫੋਨ ਨਾਲ ਕੋਡ ਨਾਲ ਫੋਨ ਕਰੂੰਗਾ, ਜੋ ਇੱਥੇ ਸਿੰਪਲੀਸਿਟੀ ਦਾ ਮਾਹੌਲ ਹੈਗਾ ਉਹਨੂੰ ਅਖਤਿਆਰ ਕਰਨਾ ਚਾਹੀਦਾ, ਕਿਉਂਕਿ ਆਪਾਂ ਆਪਣੇ ਮੁਲਕਾਂ ਦੀਆਂ ਗੱਲਾਂ ਬਾਤਾਂ ਨਾਲ ਹੀ ਲਿਆਏ ਚੰਗੀ ਤਰ੍ਹਾਂ, ਤਾਂ ਸਾਨੂੰ ਬਹੁਤ ਡਰ ਲੱਗਦਾ। ਬਿਲਕੁਲ ਬਿਲਕੁਲ, ਪਰ ਇਹ ਮਾਨਕ ਸਾਹਿਬ ਇਹ ਕਈ ਤਰ੍ਹਾਂ ਦੇ ਲੋਕ ਵੀ ਇੱਥੇ ਆ ਗਏ ਹੈਗੇ ਆ ਵੱਖਰੇ, ਯਾਨੀ ਕਿ ਕੰਟਰੀਆਂ ਤੋਂ, ਅਤੇ ਪਾਪੂਲੇਸ਼ਨ ਬੜੀ ਵੱਧ ਗਈ, ਤੁਹਾਡਾ ਉਹਨਾਂ ਬਾਰੇ ਕੀ ਖਿਆਲ ਹੈ? ਮੈਂ ਤਾਂ ਡਾਕਟਰ ਸਾਹਿਬ ਤੁਹਾਡੇ ਪ੍ਰੋਗਰਾਮ ਨੂੰ ਸੁਣਦਾ ਰਹਿੰਦਾ, ਤੁਸੀਂ ਐਨ ਚੰਗੀ ਤਰ੍ਹਾਂ ਇਹ ਗੱਲ ਦਿੱਤੀ ਸੀ, ਵਿਚਾਰ ਸੁਣੇ ਵੀ 8-10 ਦਿਨ ਪਹਿਲਾਂ, ਉਹ ਕਹਿੰਦੇ ਸੀ ਇਹ ਚੰਗੇ ਨਹੀਂ, ਇਹ ਲੋਕ ਐਂ ਕਰਦੇ ਫਲਾਨਾ ਕਰਦੇ, ਅਤੇ ਸਿੱਧੇ ਵਿਚਾਰ ਸੀ ਤੁਹਾਡੇ, ਵਿਚਾਰ ਹੀ ਸੀ, ਆਪਾਂ ਕਿਹੜਾ ਕਿਸੇ ਨੂੰ ਫਿੰਗਰ ਉਂਗਲ ਲਾ ਕੇ ਕਹਿਣਾ, ਉਹ ਇਹ ਸੀਗਾ ਵੀ ਜੇ ਤੁਹਾਨੂੰ ਕੁਛ ਨਹੀਂ ਚੰਗਾ ਲੱਗਦਾ ਇੱਥੇ ਇਸ ਮੁਲਕ ਵਿੱਚ, ਜਾਓ ਆਪਣੇ ਘਰ ਨੂੰ। ਬਿਲਕੁਲ ਬਿਲਕੁਲ, ਇਸੇ ਕਰਦੇ ਇਹ ਚੀਜ਼ ਤੇ ਆਪਾਂ ਇਸੇ ਤਰ੍ਹਾਂ ਗੌਰ ਕਰ ਸਕਦੇ, ਸਾਡੇ ਧਰਮ ਕਰਮ ਤੁਸੀਂ ਆਪ ਬਣਾਏ ਹੋ, ਇਹ ਲੋਕ ਇਸ ਗੱਲੋਂ ਬਹੁਤ ਸਿਆਣੇ ਆ, ਜੇ ਤੁਹਾਨੂੰ ਵਾਕਿਆ ਤੁਹਾਡੇ ਧਰਮ ਨੂੰ ਕੋਈ ਖਤਰਾ, ਤੁਹਾਡੇ ਰਹਿਣ ਨੂੰ ਤਾਂ ਜਾਓ ਫਿਰ ਇੱਥੇ ਕਹਿਣਾ। ਬਿਲਕੁਲ, ਨਹੀਂ ਨਹੀਂ ਕ੍ਰਾਈਮ ਦੀ ਆਪਾਂ ਰਾਹ ਦੱਸੂਗਾ, ਮੇਰੇ ਵਿਚਾਰ ਇਹ ਆ ਵੀ ਜਿਹੜਾ ਮਰਜ਼ੀ ਜਿੱਦਾਂ ਮਰਜ਼ੀ ਪ੍ਰਚਾਰ ਹੋਵੇ, ਜਿੱਦਾਂ ਮਰਜ਼ੀ ਗੱਲਾਂ ਕਰੀ ਜਾਵੇ, ਜੇ ਉਹ ਡਾਕਟਰ ਲੱਭੀ ਜਾਂਦਾ ਉਹਦਾ ਕੋਈ ਹੱਲ ਨਹੀਂ ਦਿੰਦਾ ਤੇ ਕ੍ਰਾਈਮ ਤਾਂ ਉੱਦਾਂ ਹੀ ਰਹਿਣਾ। ਮੇਰੇ ਤਾਂ ਵਿਚਾਰ ਹੈ ਡਾਕਟਰ ਸਾਹਿਬ, ਪਰ ਮਾਨਕ ਸਾਹਿਬ ਜੇ
ਮਾਨਕ ਸਾਹਿਬ ਜਿਸ ਏਰੀਏ ਵਿੱਚ ਤੁਸੀਂ ਰਹਿੰਦੇ ਆ ਉੱਥੇ ਵੀ ਕ੍ਰਾਈਮ ਬੜਾ ਵਧਿਆ ਹੈਗਾ, ਆਪਣੇ ਉਸ ਏਰੀਏ ਵਿੱਚ ਨਹੀਂ ਮੈਂ ਗੱਲ ਕਰ ਰਿਹਾ, ਬਾਕੀ ਵੀ ਯਾਨੀ ਕਿ ਸ਼ਹਿਰਾਂ ਵਿੱਚ ਬਹੁਤ ਕ੍ਰਾਈਮ ਵਧਿਆ ਹੈ। ਬਿਲਕੁਲ ਵਧਿਆ ਜੀ, ਬਿਲਕੁਲ ਵਧਿਆ, ਉਹਦੇ ਭਾਗੀਦਾਰ ਆਪਾਂ ਆ। ਆਪਾਂ ਜਿਹੜੀ ਚੀਜ਼ ਜੇ ਹੁਣ ਐਮ ਪੀ ਉਰੇ ਪਰੇ ਬਣਦੇ ਆ ਜਾਂ ਕੌਂਸਲੇਟ ਬਣਦੇ ਆ ਜਾਂ ਕੌਂਸਲਰ ਬਣਦੇ ਆ, ਉਹ ਕੋਈ ਸਵਾਲ ਜਵਾਬ ਪੁੱਛਦੇ ਆਪਾਂ ਜਾਂਦੇ ਨੀ, ਬਾਅਦ ਆਪਾਂ ਡੀਂਗਾ ਮਾਰਦੇ ਸਾਡੀ ਇਹ ਮਤਲਬ ਕੀ ਕਰਦਾ ਕੁਛ ਵੀ। ਮੌਕੇ ਤੇ ਦੱਸੋ ਹੁਣ ਪੁਲਿਸ ਵਾਲੇ ਤੇ ਲੰਘਦੇ, ਮੈਂ ਕਈ ਵਾਰੀ ਕਹਿੰਦਾ ਹੁੰਦਾ ਪੈਟਰੋਲ ਦੀ ਡਿਊਟੀ ਇੱਕ ਦੋ ਗੇੜੇ ਵੱਧ ਲਾ ਦਿਆ ਕਰੋ, ਕਹਿੰਦੇ ਸਾਡੇ ਕੋਲ ਬੰਦੇ ਬੜੇ ਘੱਟ। ਹਾਂਜੀ 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 ਆਪਾਂ ਗੱਲ ਬਾਤ ਲੋਕੋ ਦੀ ਲੰਘੀਏ ਤਾਂ ਸਹੀ, ਫਿਰ ਸਾਨੂੰ ਪਤਾ ਲੱਗੂਗਾ ਵੀ ਕ੍ਰਾਈਮ ਅਕਸਰ ਵੱਧ ਆ ਕਿਉਂ, ਇਹਦੇ ਲਈ ਆਪਾਂ ਕਰ ਕੀ ਸਕਦੇ, ਫਿਰ ਸਾਡੇ ਬਾਜ਼ਾਰ ਬਣ ਗਏ। ਯਾ ਯਾ ਤੁਹਾਡੇ ਖਿਆਲ ਸਰ ਆਪਾਂ ਨੂੰ ਕਿੱਦਾਂ ਕਿੱਦਾਂ ਇਹਦਾ ਬਚਾਅ ਕਰਨਾ ਚਾਹੀਦਾ? ਵਿਚਾਰ ਇਹ ਆ ਵੀ ਡੋਰ ਟੂ ਡੋਰ ਆਪਾਂ ਹੈਲਪ ਕਰੀਏ ਆਪਸ ਦੇ ਵਿੱਚ, ਫਿਰ ਕਾਨੂੰਨ ਦੀ ਮਦਦ ਕਰੀਏ ਵੱਧ ਤੋਂ ਵੱਧ, ਉਹਨਾਂ ਨੂੰ ਦੱਸੀਏ ਵੀ ਕ੍ਰਾਈਮ ਕਿੱਥੋਂ ਜਾਗਦਾ ਆ। ਆਪਣੇ ਜੇ ਨਿਆਣਿਆਂ ਦੀ ਗੱਲਬਾਤ ਆ ਜਾਂ ਯਾਰਾਂ ਦੋਸਤਾਂ ਦੀ ਗੱਲਬਾਤ ਆ, ਉਹ ਨਿਕਲਦੀ ਆਪਾਂ ਉਹਦਾ ਲੁਕੋ ਨਾ ਰੱਖੀਏ। ਹਾਂਜੀ 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 ਤੇ ਇਹ ਡਾਕਟਰ ਸਾਹਿਬ ਮੈਨੂੰ ਫੋਨ ਆ ਗਿਆ, ਕੱਲ ਨੂੰ ਆਪਾਂ ਪ੍ਰੋਟੈਸਟ ਤੇ ਵੀ ਜਾਣਾ। ਥੈਂਕ ਯੂ ਤੁਹਾਡਾ ਬਹੁਤ ਬਹੁਤ ਟਾਈਮ ਦੇਣ ਦਾ। ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ ਮਿਹਰਬਾਨੀ ਮੇਰੇ ਵੀਰ। ਇਹ ਤਾਂ ਸੀ ਜੀ ਸਾਡੇ ਯਾਨੀ ਕਿ ਬਹੁਤ ਹੀ ਵਧੀਆ ਜਿਹੜੇ ਲਿਸਨਰ ਹੈਗੇ ਆ ਰਾਜ ਮਾਨਖੋਣੀ, ਜਿਹੜੇ ਇੱਥੇ ਕੰਚ ਟੈਲੀਵਿਜ਼ਨ 'ਚ ਵੀ ਪਹਿਲਾਂ ਪ੍ਰੋਗਰਾਮ ਕਰਦੇ ਰਹੇ ਹੈਗੇ ਆ। ਤੁਹਾਡਾ ਇਹਦੇ ਬਾਰੇ ਕੀ ਖਿਆਲ ਹੈ ਵੀ ਕ੍ਰਾਈਮ ਕਿਉਂ ਵਧਿਆ? ਪਿਛਲੇ ਕੁਝ ਸਾਲਾਂ ਤੋਂ ਕ੍ਰਾਈਮ ਬਹੁਤ ਬਹੁਤ ਜ਼ਿਆਦਾ ਤਾਦਾਦ ਦੇ ਵਿੱਚ ਵਧਿਆ ਹੈਗਾ ਅਤੇ ਬਹੁਤ ਸਾਰੀਆਂ ਰਿਪੋਰਟਾਂ ਵੀ ਯਾਨੀ ਕਿ ਆ ਰਹੀਆਂ ਹੈਗੀਆਂ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲ ਰਹੇ ਜੀ? ਹੈਲੋ ਡਾਕਟਰ ਸਾਹਿਬ, ਨਮਸਕਾਰ। ਸੁਮਨ ਸਾਹਿਬ, ਸੁਮਨ ਸਾਹਿਬ ਨਮਸਕਾਰ, ਖੁਸ਼ਾਮਦੀਦ, ਵੈਲਕਮ। ਤੁਹਾਡਾ ਕੀ ਕਹਿਣਾ ਚਾਹੁੰਦੇ ਆ ਕ੍ਰਾਈਮ ਬਾਰੇ? ਥੈਂਕ ਯੂ ਸਰ, ਅੱਜ ਤੁਸੀਂ ਟੌਪਿਕ ਜਿਹੜਾ ਹੈਗਾ ਬਹੁਤ ਟਾਈਮਲੀ ਲਿਆਂਦਾ ਹੈਗਾ। ਹਾਂਜੀ, ਕਿਉਂਕਿ ਕਾਫੀ ਲੋੜ ਆ ਕਿ ਸਾਨੂੰ ਪਤਾ ਲੱਗਣਾ ਚਾਹੀਦਾ ਵੀ ਜਿਸ ਮੁਲਕ 'ਚ ਅਸੀਂ ਰਹਿੰਦੇ ਹਾਂ ਕਿੰਨਾ ਖਰਚ ਸੇਫ ਆ। ਬਿਲਕੁਲ ਬਿਲਕੁਲ, ਇਹ ਬਹੁਤ ਜ਼ਰੂਰੀ ਗੱਲ ਹੈ ਡਾਕਟਰ ਸਾਹਿਬ। ਡਾਕਟਰ ਸਾਹਿਬ, ਗੱਲ ਇਹ ਕੀ ਕਿ ਮਤਲਬ ਅੱਜ ਨਾ ਮੈਂ ਕਦੀ ਨਹੀਂ ਸੀ ਕਹਿੰਦਾ ਆਪਣੇ ਮਨੋਂ ਕਿ ਬਈ ਇਹ ਮੁਲਕ ਜਿਹੜਾ ਹੈਗਾ ਬਈ ਅਨਸੇਫ ਆ। ਹਾਂਜੀ, ਮੈਂ ਹਮੇਸ਼ਾ ਹੀ ਕਹਿੰਦਾ ਵੀ ਸਾਡੀ ਪ੍ਰੋਪਰਟੀ ਤੁਸੀਂ ਘਰ ਆਪਣੇ ਅੰਦਰ ਆ ਗਿਆ ਤਾਂ ਸੇਫ ਆ, ਜੇ ਅੱਛੀ ਸਰਾਊਂਡਿੰਗ ਆ ਤਾਂ ਤੁਸੀਂ ਸੇਫ ਆ, ਉਹ ਗੱਲ ਹੁਣ ਜਾ ਚੁੱਕੀ ਆ। ਇੱਥੋਂ ਤੱਕ ਕਿ ਮਤਲਬ ਬਈ ਜਿਹਨੂੰ ਅੱਜ ਜਿਹੜੇ ਸਾਡੇ ਨਿਆਣੇ ਵੀ ਆ ਉਹ ਵੀ ਰਾਤ ਨੂੰ ਤੁਹਾਨੂੰ ਪਹਿਲਾਂ ਵਾਰਨਿੰਗ ਕਰਦੇ ਆ ਕਿ ਡੈਡ ਮੇਕ ਸ਼ੋਰ ਪੁੱਟ ਦਾ ਡਬਲ ਲੌਕ ਆ, ਇੱਦਾਂ ਔਰ ਥਾਂ ਥਾਂ ਮਤਲਬ ਜਿਹਨੂੰ ਕੈਮਰੇ ਲੱਗੇ ਹੋਏ ਆ ਘਰ ਵਿੱਚ, ਔਰ ਫਿਰ ਵੀ ਤੁਸੀਂ ਮਤਲਬ ਕਾਫੀ ਪ੍ਰਿਕੋਸ਼ਨ ਦੇ ਨਾਲ ਰਹਿਣਾ ਪੈ ਰਿਹਾ, ਤੁਹਾਨੂੰ ਪਤਾ ਨੀ ਵੀ ਕਿਹੜੇ ਵੇਲੇ ਕੋਈ ਆਦਮੀ ਨੌਕ ਕਰਕੇ ਬਾਈ ਫੋਰਸ ਹੀ ਤੁਹਾਡੇ ਅੰਦਰ ਆ ਜਾਏਗਾ। ਬਿਲਕੁਲ ਜੀ, ਬਿਲਕੁਲ ਬਿਲਕੁਲ, ਤੁਸੀਂ ਕੁਛ ਵੀ ਉੱਥੇ ਕਰ ਸਕਦੇ ਹੋ। ਦਰਵਾਜ਼ਾ ਲੱਗ ਗਿਆ, ਉਹ ਆਦਮੀ ਹਥਿਆਰ ਲੈ ਕੇ ਅੰਦਰ ਆ ਗਿਆ, ਤੁਸੀਂ ਉਹਦੇ ਕੈਪਟਨ ਬਣ ਗਏ। ਉਹ ਤੁਹਾਤੋਂ ਉਹ ਕੁਛ ਕਰਾਏਗਾ ਜੋ ਤੁਸੀਂ ਕੁਛ ਕਰ ਹੀ ਨੀ ਸਕਦੇ। ਇਹ ਸਿਚੁਏਸ਼ਨ ਹੈ ਡਾਕਟਰ ਸਾਹਿਬ। ਪਹਿਲਾਂ ਤੇ ਇਹ ਮਤਲਬ ਜਿਹਨੂੰ ਜਿਹੜੇ ਖਾਸ ਕਰ ਲੰਡਨ ਜਾਂ ਗਲਾਸਕੋ ਜਾਂ ਬਿਗ ਸਿਟੀਜ਼ ਆ, ਉੱਥੇ ਡੈਪਰੀਵੇਸ਼ਨ ਕਰਕੇ, ਅਨਇੰਪਲੋਇਮੈਂਟ ਕਰਕੇ ਜਾਂ ਯੂਨੋ ਇਸ ਤਰ੍ਹਾਂ ਦੀ ਸਿਚੁਏਸ਼ਨ ਹੋਣ ਕਰਕੇ, ਡਰੱਗ ਦੀ ਜ਼ਿਆਦਾ ਹੋਣ ਕਰਕੇ ਇਹ ਕ੍ਰਾਈਮ ਉਹਨਾਂ ਮਤਲਬ ਥਾਂ ਤੇ ਬਹੁਤ ਜ਼ਿਆਦਾ ਸੀਗਾ। ਲੰਡਨ ਦੇ ਵਿੱਚ ਨਾਈਫ ਕ੍ਰਾਈਮ ਬਹੁਤ ਜ਼ਿਆਦਾ ਵੱਧ ਚੁੱਕਾ ਹੈਗਾ ਔਰ ਇਨਕਰੀਜ ਤੇ ਆ, ਉਹਦਾ ਘਟਾ ਨਹੀਂ ਹੋ ਰਿਹਾ। ਬਿਲਕੁਲ ਨਹੀਂ ਹੋ ਰਿਹਾ, ਯੈਸ ਯੈਸ ਯੈਸ, ਬਿਲਕੁਲ ਘਟਾ ਨਹੀਂ ਹੋ ਰਿਹਾ। ਜੇ ਕਹੋਗੇ ਲੈ ਜੀ ਇਹਨੂੰ ਕੋਈ ਨੱਥ ਪੈ ਰਹੀ, ਨਹੀਂ, ਉਹ ਲੋਕ ਜਿਹੜੇ ਆ ਉਹ ਡਾਕਟਰ ਸਾਹਿਬ ਉਹਨਾਂ ਨੂੰ ਕੋਈ ਖੌਫ ਹੀ ਨਹੀਂ ਗਾ। ਹਾਂਜੀ ਹਾਂਜੀ ਹਾਂਜੀ, ਇਹੋ ਜਿਹਾ ਨਾਈਫ ਉਹ ਚੱਕੀ ਫਿਰਦੇ ਆ ਡਾਕਟਰ ਸਾਹਿਬ, ਤੁਸੀਂ ਦੇਖ ਕੇ ਤੁਹਾਡੇ ਸਾਹ ਨਿਕਲ ਜਾਣਗੇ। ਇੱਦਾਂ ਹੀ ਹੈ ਜੀ, ਇੱਦਾਂ ਹੈ, ਇੱਦਾਂ ਹੀ ਆ। ਔਰ ਦੁਕਾਨਾਂ ਦੇ ਵਿੱਚੋਂ ਤੁਹਾਡੇ ਸਾਹਮਣੇ ਉਹ ਸਮਾਨ ਚੱਕ ਰਹੇ ਆ ਔਰ ਉਹਨਾਂ ਨੂੰ ਕੋਈ ਕੋਈ ਕੁਛ ਕਹਿ ਨਹੀਂ ਰਿਹਾ। ਹਾਂਜੀ ਹਾਂਜੀ, ਜਿਹੜੇ ਵਿਚਾਰੇ ਜਿਹੜੇ ਜਿਹੜੇ ਸਿਕਿਉਰਿਟੀ ਵੀ ਰੱਖੇ ਉਹ ਪਿੱਛੇ ਨੂੰ ਹਟ ਜਾਂਦੇ, ਉਹ ਕਹਿੰਦੇ ਅਸੀਂ ਹੁਣ ਆਪਣੀ ਜਾਨ ਥੋੜੀ ਦੇਣੀ ਹੈਗੀ। ਡਾਕਟਰ ਸਾਹਿਬ, ਅਗਰ ਕਿਸੇ ਮੁਲਕ ਦੀ ਸਿਚੁਏਸ਼ਨ ਇਹ ਹੋ ਜਾਏ ਤੇ ਤੁਸੀਂ ਸੋਚ ਸਕਦੇ ਹੋ ਕਿ ਉਹ ਮੁਲਕ ਦਾ ਕੀ ਫਿਊਚਰ ਹੈ, ਕੀ ਬਣੇਗਾ ਭਾਈਚਾਰੇ ਦਾ। ਜਿਹੜੀ ਜਿਹਨੂੰ ਹੁਣ ਸਾਡੇ ਖਾਸ ਕਰ ਡਾਕਟਰ, ਮੈਂ ਇਹ ਨਹੀਂ ਕਹਿ ਰਿਹਾ ਹਮੇਸ਼ਾ ਕਿ ਬਈ ਮੇਰੇ ਮੈਂ ਬਹੁਤ ਬਹੁਤ ਅੱਛੇ ਇਲਾਕੇ ਜਾ ਰਿਹਾ, ਪਰ
ਅਸੀਂ ਜਿਹੜੇ ਥੋੜੀਆਂ ਪਿੰਡਾਂ ਵਰਗੇ ਲੋਕ ਹੈ ਨਾ, ਇੱਥੇ ਲੋਕੀ ਇੱਕ ਦੂਜੇ ਨੂੰ ਜਾਣਦੇ ਆ, ਇੰਨਾ ਕ੍ਰਾਈਮ ਰੇਟ ਨਹੀਂ ਸੀਗਾ। ਬਿਲਕੁਲ ਬਿਲਕੁਲ। ਤੇ ਹੁਣ ਸਾਡੀ ਵੱਲ ਵੀ ਪ੍ਰੋਬਲਮ ਡਾਕਟਰ ਸਾਹਿਬ ਸਾਡੀ ਵੱਲ ਇਹ ਪਈ ਆ ਕਿ ਲੰਡਨ ਦੇ ਵਿੱਚ ਹਾਊਸ ਪ੍ਰਾਈਸਿਸ ਬਹੁਤ ਹਾਈ ਆ। ਹਾਂਜੀ ਹਾਂਜੀ ਹਾਂਜੀ। ਉੱਥੇ ਜਿਹੜਾ ਇੱਕ ਟੈਰਿਸ ਹਾਊਸ ਆ, ਘੱਟੋ ਘੱਟ 8 ਲੱਖ 7 ਪਾਉਂਡ ਤੋਂ 8 ਲੱਖ ਪਾਉਂਡ ਦੇ ਕਰੀਬ ਵਿਕਦਾ, ਜਿਹੜਾ 2 ਬੈਡ 3 ਬੈਡਰੂਮ ਟੈਰਿਸ ਹਾਊਸ ਆ। ਹੁਣ ਕਿਸੇ ਟਾਈਮ ਤੇ ਉਹਨਾਂ ਲੋਕਾਂ ਨੇ ਯੂਨੋ ਮਿਸਿਸ ਥੈਚਰ ਦੀ ਮਿਹਰਬਾਨੀ ਦੇ ਨਾਲ, ਉਹ ਕਿਸੇ ਵੇਲੇ ਉਹ ਕੌਂਸਲ ਦੀਆਂ ਪ੍ਰੋਪਰਟੀ ਸੀਗੀਆਂ, ਉਹ ਮਤਲਬ ਉਹਨਾਂ ਨੂੰ ਯੂਨੋ ਉਹਨਾਂ ਨੇ ਉਹ ਤੋਂ ਮੁੱਲ ਲੈ ਲਈਆਂ ਬਹੁਤ ਰਿਡਿਊਸ ਰੇਟ ਤੇ। ਹੁਣ ਉਹਨਾਂ ਨੂੰ ਚਾਂਸ ਮਿਲ ਗਿਆ, ਉਹ ਕੀ ਕਰ ਰਿਹਾ ਕਿ ਉਹ ਸੈਲ ਕਰਕੇ ਨਾ ਉਹਨਾਂ ਪ੍ਰੋਪਰਟੀਆਂ ਨੂੰ, ਤੇ ਉਹ ਸਾਡੇ ਇਲਾਕਿਆਂ 'ਚ ਆ ਰਹੇ ਆ ਜਿਹੜੇ ਕਿ ਮਤਲਬ ਯੂਨੋ ਯੂਨੋ ਉਹ ਲੈਸ ਮਨੀ ਨਾ ਘਰ ਮਿਲ ਸਕਦਾ, ਔਰ ਉਦੋਂ ਵੀ ਬੈਟਰ ਮਿਲ ਸਕਦਾ ਯੂਨੋ ਗੱਡੀਆਂ, ਵੱਡ ਵੱਡੀਆਂ ਗੱਡੀਆਂ। ਤੇ ਮੈਂ ਇਹ ਵੀ ਦੇਖਿਆ ਵੀ ਉਹ ਜਿੱਥੇ ਆਣ ਕੇ ਡਾਕਟਰ ਸਾਹਿਬ ਰਹਿੰਦੇ ਆ ਨਾ, ਭਾਵਾਂ ਉਹ ਵੱਡੇ ਵੱਡੇ ਘਰ ਉਹਨੇ ਲੈ ਕੇ ਰਹਿੰਦੇ ਆ, ਉਹ ਬੜੇ ਕਾਫੀ ਮਤਲਬ ਲਾਰਜ ਫੈਮਲੀਆਂ 'ਚ ਰਹਿੰਦੇ ਆ, ਤੁਸੀਂ ਦੇਖੋਗੇ ਕਿ ਰਾਤ ਨੂੰ ਉੱਥੇ ਕਿਸੇ ਨਾ ਕਿਸੇ ਦਿਨ ਉੱਥੇ ਲੜਾਈ ਝਗੜਾ ਹੋ ਰਿਹਾ। ਹਾਂਜੀ ਹਾਂਜੀ ਬਿਲਕੁਲ, ਉਹਨਾਂ ਦਾ ਆਪਸ ਵਿੱਚ ਹੀ ਡਾਕਟਰ ਸਾਹਿਬ। ਹਾਂਜੀ ਹਾਂਜੀ ਹਾਂਜੀ। ਕਦੇ ਕਿਸੇ ਨੇ ਕਿਸੇ ਦੇ ਕਾਰ ਭੰਨਣੀ ਆ, ਕਿਸੇ ਦੇ ਕੁਛ ਬੰਨਿਆ, ਉੱਥੇ ਸ਼ੀਸ਼ਾ ਡਿੱਗਿਆ ਹੁੰਦਾ। ਤੁਸੀਂ ਆਹ ਸਿਚੁਏਸ਼ਨ ਸਾਡੇ ਉਸ ਸੇਫ ਇਲਾਕੇ ਦੀ ਹੋ ਚੁੱਕੀ ਆ, ਤੇ ਜਿਹੜੇ ਜਿਹੜੇ ਪਹਿਲਾਂ ਹੀ ਅਨਸੇਫ ਸੀਗੇ, ਤੁਸੀਂ ਉੱਥੇ ਯਕੀਨ ਦੇਖ ਸਕਦੇ ਹੋ ਕਿ ਉੱਥੇ ਕੀ ਸਿਚੁਏਸ਼ਨ ਹੈ। ਔਰ ਡਾਕਟਰ ਪਲੀਜ਼ ਜਿਹੜੀ ਆ ਉਹਦੇ ਉਹਦੀ ਉਹਦੀ ਮਤਲਬ ਰਿਸੋਰਸਿਸ ਬਹੁਤ ਘੱਟ ਹੈ। ਉਹ ਜ਼ਮਾਨਾ ਡਾਕਟਰ ਚਲਾ ਗਿਆ ਕਿ ਤੁਹਾਡੀ ਸਟਰੀਟ ਦੇ ਵਿੱਚ ਜਾਂ ਮਤਲਬ ਜਿਹਨੂੰ ਪਲੇਸਮੈਨ ਤੁਹਾਨੂੰ ਮਿਲਦਾ ਹੋਊਗਾ, ਜਾਂ ਤੁਸੀਂ ਉਹਨੂੰ ਕਾਲ ਕਰੋਗੇ ਉਹ ਭੱਜ ਕੇ ਤੁਹਾਡੇ ਕੋਲ ਆ ਜਾਏਗਾ। ਹਾਂਜੀ ਹਾਂਜੀ, ਇਹ ਵੀ ਗੱਲ ਛੱਡ ਦਿਓ। ਸੋ ਇਹੋ ਜਿਹੀ ਸਿਚੁਏਸ਼ਨ ਦੇ ਵਿੱਚ ਤੁਸੀਂ ਕੀ ਕਰੋਗੇ? ਔਰ ਦੂਸਰੀ ਗੱਲ ਡਾਕਟਰ ਸਾਹਿਬ, ਮੈਂ ਵੀ ਤੁਹਾਨੂੰ ਦੱਸਦਾ ਵੀ ਹੋ ਸਕਦਾ ਕਿਉਂਕਿ ਤੁਹਾਡਾ ਤੁਸੀਂ ਥੋੜ੍ਹਾ ਜਿਹਾ ਦੂਰ ਪੈਂਦੇ ਹਾਂ, ਅਸੀਂ ਇੱਥੇ ਡੋਵਰ ਤੋਂ ਲਾਗੇ ਪੈਂਦੇ ਹਾਂ ਡਾਕਟਰ, ਸਾਡੀ ਗੱਲ ਨਾ ਜਿੱਥੇ ਵੀ ਕੋਈ ਪਾਰਕ ਆ, ਜਿੱਥੇ ਇੱਕ ਦਰਖਤ ਆ ਇੱਕ ਪਾਸੇ ਸਾਡੇ ਕਾਫੀ ਮਤਲਬ ਯੂਨੋ ਰਿਵਰ ਸਾਈਡ ਤੇ ਕਾਫੀ ਪਾਰਕਾਂ ਹੈਗੀਆਂ, ਤੇ ਉੱਥੇ ਕਾਫੀ ਦਰਖਤ ਰੁੱਖ ਆ, ਉਹ ਸਾਰਾ ਹੀ ਏਰੀਆ ਡਾਕਟਰ ਸਾਹਿਬ ਕੈਂਪਾਂ ਨਾਲ ਭਰਿਆ ਆ। ਓ ਗੋਸ਼, ਉੱਥੇ ਟੈਂਟ ਲੱਗੇ ਹੋਏ ਆ ਜਿਹਨੂੰ ਸੈਕਿੰਡ ਜਿਹਨੂੰ ਮਤਲਬ ਜਿਹਨੂੰ ਇੰਨੇ ਟੈਂਟ ਆ ਤੁਸੀਂ ਯਕੀਨ ਨਹੀਂ ਕਰ ਸਕਦੇ। ਇੱਕ ਦਿਨ ਇੱਕ ਟੈਂਟ ਛੱਡਿਆ ਵੀ ਉੱਥੇ, ਮਤਲਬ ਅੱਗ ਵੀ ਉਹਨੂੰ ਲੱਗੀ ਹੋਈ ਸੀ, ਪਤਾ ਨਹੀਂ ਕੌਣ ਲੱਗ ਗਿਆ, ਰੱਬ ਜਾਣੇ। ਸੋ ਅੱਜ ਸਿਚੁਏਸ਼ਨ ਡਾਕਟਰ ਇਹ ਆ, ਕਿਸੇ ਟਾਈਮ ਤੇ ਜਿਹਨੂੰ ਹੁਣ ਮੈਂ ਕਰਦਾ ਰਹਿੰਦਾ, ਕਦੇ ਮੈਂ ਫੀਅਰ ਨਹੀਂ ਕੀਤਾ, ਮੈਨੂੰ ਕਦੇ ਡਰ ਨਹੀਂ ਲੱਗਾ, ਹੁਣ ਡਰਦਾ ਤਾਂ ਮੈਂ ਹੁਣ ਵੀ ਨਹੀਂ ਗਾ, ਪਰ ਫਿਰ ਵੀ ਡਾਕਟਰ ਸਾਹਿਬ ਅੱਜ ਤੁਸੀਂ ਨਾ ਸ਼ਾਮ ਨੂੰ ਮੇਰੇ ਆਪਣੇ ਇਲਾਕੇ 'ਚ ਨਹੀਂ ਜਾ ਸਕਦੇ ਤੇ ਬਾਕੀ ਅਸੀਂ ਗੱਲ ਛੱਡ ਦਿਓ। ਇਹ ਸਿਚੁਏਸ਼ਨ ਆ। ਔਰ ਦੂਸਰੀ ਗੱਲ ਹੈ ਔਨ ਟੋਪ ਆਫ ਇਹ ਆ ਵੀ ਇਸ ਗੌਰਮੈਂਟ ਜਿਹੜੀ ਆ, ਮੈਂ ਪਤਾ ਅੱਗੇ ਥੋੜ੍ਹਾ ਜਿਹਾ ਮੈਂ ਥੋੜ੍ਹਾ ਜਿਹਾ ਸੁਣਿਆ ਵੀ ਸੀਗਾ, ਪੜ੍ਹਿਆ ਵੀ ਸੀਗਾ ਕਿ ਜਿਹੜੇ ਜਿਹੜੇ ਕੁਛ ਨੋਟ ਹਾਰਡ ਲਾਈਨ ਕਲੀਨਰ ਜਾਂ ਬਰਗ ਸ਼ੋਪ ਲਿਫਟਰ ਆ ਜਾਂ ਬਰਗਲਰਸ ਆ, ਉਹ ਉਹਨਾਂ ਨੂੰ ਜਾਂ ਹੋਰ ਕੋਈ ਮਾਈਨਰ ਕ੍ਰਾਈਮ ਕਰਕੇ ਜੇਲ੍ਹ 'ਚ ਆ, ਤੇ ਉਹਨਾਂ ਨੂੰ ਅਰਲੀ ਰਿਲੀਜ਼ ਦੇ ਰਹੀ ਆ। 40% ਜਿਹੜਾ ਹੈਗਾ ਉਹਨਾਂ ਦੀ ਸਜ਼ਾ ਘਟਾ ਦਿੱਤੀ, ਉਹ ਕਹਿੰਦੇ ਬਾਹਰ ਕੱਢੋ, ਜੇਲ੍ਹਾਂ ਭਰੀਆਂ ਪਈਆਂ, ਜੇਲ੍ਹਾਂ ਭਰੀਆਂ ਪਈਆਂ। ਸੋ ਉਹਨਾਂ ਨੂੰ ਉਹ ਬਾਹਰ ਕੱਢ ਰਹੀ ਆ, ਔਰ ਫਿਰ ਡਾਕਟਰ ਉਹ ਤੇ ਇਹਨਾਂ ਉਹਨਾਂ ਕੋਲ ਕੰਮ ਨਹੀਂ ਹੋਣਾ ਕੁਛ ਨਾ, ਉਹਨਾਂ ਨੂੰ ਫਿਰ ਤੁਸੀਂ ਜਿਹੜਾ ਉੱਥੇ ਐਸ਼ ਲੈ ਕੇ ਆਏ, ਉਹ ਵੀ ਉਹਨਾਂ ਕੋਲ ਡਰ ਨਹੀਂ ਹੈਗਾ ਵਾਪਸ ਜਾਣ ਦਾ, ਤੇ ਉਹ ਇੱਥੇ ਆਣ ਕੇ ਕੀ ਕਰਨਗੇ? ਹਮੇਸ਼ਾ ਹੀ ਜਦ ਡਾਕਟਰ ਸਾਹਿਬ ਕ੍ਰਾਈਮ ਵਧਿਆ ਨਾ, ਉਹ ਬਰਗਲਰੀਜ਼ ਵਧੀਆ ਉਸ ਟਾਈਮ ਵਧੀਆ ਜਿਸ ਵੇਲੇ ਬਰਗਲ ਜਿਹੜੇ ਆਪਣੀ ਸਜ਼ਾ ਕੱਟ ਕੇ ਜਾਂ ਉਹਨਾਂ ਨੂੰ ਅਰਲੀ ਆਉਣ ਦਿੱਤਾ। ਬਿਲਕੁਲ ਬਿਲਕੁਲ। ਤੇ ਜੇ ਤੁਸੀਂ ਕਹੋਗੇ ਨਾ, ਜੇ ਮੈਂ ਕਹਾਂ ਕਿ ਮੇਰੇ ਘਰ ਵਿੱਚ ਸੀਸੀਟੀਵੀ ਕਵਰ ਲੱਗੇ ਹੋਏ, ਆਹ ਲੱਗਾ ਜੇ ਲੱਗਾ ਨਾ, ਇਹ ਡਾਕਟਰ ਸਾਹਿਬ ਆਪਣੇ ਦਿਮਾਗ 'ਚੋਂ ਭੁੱਲ ਗਿਆ, ਉਹ ਸਭ ਉਹਨਾਂ ਨੂੰ ਸਭ ਕੁਝ ਪਤਾ ਕੀ ਕਰਨਾ? ਬਿਲਕੁਲ ਜੀ ਬਿਲਕੁਲ ਬਿਲਕੁਲ। ਉਹਨਾਂ ਦੇ ਦਿਮਾਗ ਤੁਹਾਡੇ ਤੋਂ ਵੀ ਅੱਗੇ ਸੋਚਦੇ ਆ, ਇਹ ਟੈਕਨੋਲੋਜੀ ਤੋਂ ਵੀ ਅੱਗੇ ਸੋਚਦੇ ਆ। ਹਾਂਜੀ ਹਾਂਜੀ ਹਾਂਜੀ, ਇਹ ਸਿਚੁਏਸ਼ਨ ਆ ਡਾਕਟਰ ਸਾਹਿਬ। ਦੂਜੀ ਗੱਲ, ਵੱਡਾ ਰੀਜ਼ਨ ਡਾਕਟਰ ਸਾਹਿਬ ਜਿਹੜੀ ਇਸ ਮੁਲਕ ਦੀ ਜਿਹੜੀ ਲਾਅ ਐਂਡ ਆਰਡਰ ਦੀ ਜਿਹੜੀ ਸੋਸ਼ਲ ਆਪਣਾ ਅਪਹੀਵਲ ਇਸ ਟਾਊਨ ਆਪਣੇ ਹੈ,
ਜਿਹੜਾ ਥੋੜੀ ਜਿਹਾ ਜਿਹੜਾ ਵੀ ਅਨਸਰਟਨਟੀ ਆਪਣੇ ਸਮਾਜ 'ਚ ਪੈਦਾ ਹੋਈ ਆ ਉਹ ਇਹ ਹੋਈ ਆ ਕਿ ਡਾਕਟਰ ਸਾਹਿਬ ਲੋਕ ਹਜ਼ਾਰਾਂ ਦੀ ਗਿਣਤੀ ਵਿੱਚ ਇਹਨਾਂ ਸ਼ਿਪਾਂ ਦੇ ਵਿੱਚ ਹੀ ਆ ਰਹੇ ਆ ਔਰ ਉਹਨਾਂ ਦਾ ਕੋਈ ਕੰਟਰੋਲ ਨਹੀਂ ਉਹ ਤੁਹਾਨੂੰ ਇਹ ਨਹੀਂ ਪਤਾ ਉਹ ਕੌਣ ਆ ਉਹ ਕਿਸ ਕਿਸ ਟਾਈਪ ਦੇ ਲੋਕ ਆ ਕ੍ਰਿਮੀਨਲ ਆ ਉਹਨਾਂ ਦਾ ਤੁਹਾਡਾ ਕੋਈ ਚੀਜ਼ ਨਹੀਂ ਰਲਦੀ ਉਹਨਾਂ ਦਾ ਧਰਮ ਵੱਖਰਾ ਉਹਨਾਂ ਦੀ ਜਵਾਨ ਵੱਖਰੀ ਉਹਨਾਂ ਦੀ ਸੋਚ ਵੱਖਰੀ ਆ ਉਹਨਾਂ ਵਿੱਚ ਮੋਸਟ ਆਫ ਦੈਮ ਆਰ ਮੋਸਟਲੀ ਕ੍ਰਿਮੀਨਲਸ ਔਰ ਇੱਥੇ ਆਣ ਕੇ ਵੀ ਉਹਨਾਂ ਨੇ ਉਹੀ ਕੁਛ ਕਰਨਾ ਜੋ ਪਹਿਲਾਂ ਕਰਦੇ ਆਏ ਅੱਜ ਯਕੀਨ ਕਰੋ ਡਾਕਟਰ ਸਾਹਿਬ ਅੱਜ ਨੇ ਸਾਡਾ ਕੈਂਟ ਦਾ ਇਲਾਕਾ ਤੁਸੀਂ ਇੱਥੇ ਕਿਤਾਬ ਨਿਊਜ਼ ਤੇ ਸੁਣਿਆ ਹੋਣਾ ਨਾ ਕੈਲੇ ਦੇ ਯੂਨੋ ਕੈਲੇ ਵਿੱਚ ਕੈਂਪ ਲੱਗੇ ਸੀਗੇ ਉਹ ਜਿਹਨੂੰ ਤੁਸੀਂ ਦੇਖਿਆ ਸੀ ਨਾ ਕਿਹੋ ਜਿਹੀ ਉੱਥੇ ਸਿਚੁਏਸ਼ਨ ਸੀ ਤੁਸੀਂ ਯਕੀਨ ਕਰੋ ਜਿਹੜਾ ਕੈਂਟ ਆ ਨਾ ਕੈਂਟ ਦਾ ਇਲਾਕਾ ਡਾਕਟਰ ਸਾਹਿਬ ਉਹ ਸਿਚੁਏਸ਼ਨ 'ਚ ਆ ਰਿਹਾ ਆਹ ਸਾਡੀ ਸਿਚੁਏਸ਼ਨ ਹੈ ਮੈਂ ਕਦੀ ਵੀ ਮਤਲਬ ਜਿਹਨੂੰ ਬੜੀ ਨੈਗੇਟਿਵ ਤਰੀਕੇ ਨਾਲ ਆਪਣੀ ਲਾਈਫ ਨਹੀਂ ਸੋਚੀ ਪਰ ਅੱਜ ਮੈਂ ਵੀ ਸੋਚਦਾ ਬਈ ਇੱਥੇ ਸਾਡਾ ਕੱਲ੍ਹ ਨੂੰ ਕੀ ਫਿਊਚਰ ਆ ਅਸੀਂ ਹੁਣ ਬਜ਼ੁਰਗ ਹੋ ਚੁੱਕੇ ਹਾਂ ਅਸੀਂ ਬਾਹਰ ਨਹੀਂ ਜਾ ਸਕਦੇ ਜਿਹਨੂੰ ਤੁਹਾਨੂੰ ਉਹ ਥੋੜ੍ਹੀ ਡਾਕਟਰ ਕੁਛ ਨਹੀਂ ਉਹ ਤੁਹਾਡੀ ਵੱਲ ਦੇਖਦੇ ਉਹ ਤੁਹਾਨੂੰ ਕੁੱਟਦੇ ਆ ਨਾ ਕੁੱਟਣਗੇ ਤਾਂ ਮਤਲਬ ਤੁਹਾਡੇ ਕੋਲ ਖੋਲ ਜਾਣਗੇ ਆਹ ਸਿਚੁਏਸ਼ਨ ਆ ਯੂਨੋ ਇਟਸ ਅ ਵੈਰੀ ਫਰਾਈਟਨਿੰਗ ਡਾਕਟਰ ਸਾਹਿਬ ਮੈਨੂੰ ਨਹੀਂ ਪਤਾ ਇਹਦਾ ਸੋਲਿਊਸ਼ਨ ਕੀ ਆ ਇਹ ਹਰ ਟਾਊਨ ਦੇ ਵਿੱਚ ਆ ਅੱਜ ਮਤਲਬ ਕੋਈ ਟਾਊਨ ਸੇਫ ਨਹੀਂ ਤੁਹਾਡੇ ਸਾਹਮਣੇ ਯੂਨੋ ਨੌਰਥ ਦੇ ਵਿੱਚ ਕੀ ਹੋਇਆ ਉੱਥੇ ਯੂਨੋ ਉਹ ਲੋਕੀ 500-600 ਆਦਮੀ ਜਿਹੜਾ ਜੇਲ੍ਹਾਂ 'ਚ ਬੰਦਾ ਆ ਚਲੋ ਵਾਪਸ ਆਇਆ ਤੈਨੂੰ ਚੁੱਪ ਕਰਕੇ ਥੋੜ੍ਹੀ ਬਹਿਣ ਨੂੰ ਬੈਠ ਜਾਣਾ ਹੈਗਾ ਬਿਲਕੁਲ ਬਿਲਕੁਲ ਤੇ ਜਿਹੜੇ ਪਹਿਲਾਂ ਫਸਾਦ ਹੋਇਆ ਤਾਂ ਮਤਲਬ ਇਹ ਤਾਂ ਨਹੀਂ ਕੋਈ ਲੋਕੀ ਕਿਤੇ ਚਲੇ ਗਏ ਲੋਕ ਇੱਥੇ ਹੀ ਆ ਹਾਂਜੀ ਇਸ ਕਰਕੇ ਯੂਨੋ ਪਰ ਦੂਸਰੀ ਗੱਲ ਹੈ ਡਾਕਟਰ ਸਾਹਿਬ ਇਹ ਵੀ ਗੱਲ ਹੈ ਕਿ ਇਹ ਵੀ ਗੌਰਮੈਂਟ ਆ ਯੂਨੋ ਇਹ ਜਿਹਨੂੰ ਆਏ ਤਾਂ ਬਹੁਤ ਵੱਡੇ ਪ੍ਰੋਮਿਸ ਕਰਕੇ ਸੀਗੇ ਇਹ ਸਭ ਤੋਂ ਵੱਡੀ ਗੱਲ ਹੈ ਕਿ ਇਹਨਾਂ ਨੂੰ ਆਪਣੇ ਘਰ ਵਿੱਚ ਵੱਡੀ ਗਰੀਬੀ ਆ ਸਭ ਕੁਛ ਆ ਪ੍ਰੋਬਲਮਾਂ ਦਾ ਕੋਈ ਘਾਟਾ ਤੱਕ ਨਹੀਂ ਗਾ ਲੇਕਿਨ ਬਾਹਰਲੇ ਮੁਲਕਾਂ ਦੀ ਲੜਾਈਆਂ ਦੇ ਵਿੱਚ ਉੱਥੇ ਮਿਲੀਅਨ ਪਾਉਂਡ ਦੇ ਕੇ ਆਉਂਦੇ ਐਬਸੋਲੂਟਲੀ ਐਬਸੋਲੂਟਲੀ ਆਈ ਐਗਰੀ ਯਾ 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 ਤੁਹਾਨੂੰ ਪ੍ਰਾਇਓਰਟੀ ਦੱਸੋ ਕਿੱਥੇ ਆ ਇਹ ਕਿਹਨੂੰ ਖੁਸ਼ ਕਰਨ ਲੱਗੇ ਹੋਏ ਆ ਇਹਨਾਂ ਨੂੰ ਕੀ ਬਤਾਈ ਜਿਹਨੂੰ ਫਰਜ਼ ਕਰਿਆ ਯੂਕਰੇਨ ਆ ਇਹਨੇ ਕੀ ਯੂਕਰੇਨ 'ਚ ਇਹਨਾਂ ਦੀ ਬਾਂਹ ਫਸੀ ਹੋਈ ਆ ਕੀ ਇਹਨਾਂ ਦੇ ਬਾਰਡਰ ਤੇ ਆ ਡਾਕਟਰ ਸਾਹਿਬ ਇਹਨਾਂ ਨੂੰ ਮਤਲਬ ਉੱਥੇ ਇਹਦਾ ਬਾਰਡਰ ਕ੍ਰੋਸ ਕਰਕੇ ਆ ਜਾਣਗੇ ਹੈਂ ਯਾਨੀ ਇਹ ਜਿਹੜੇ ਨਾ ਜਿਹੜੀ ਜਿਹੜੀ ਇਹ ਥੋੜ੍ਹੀ ਜਿਹੀ ਨਾ ਜਿਹੜੀ ਇਹੋ ਜਿਹੀ ਮਤਲਬ ਜਿਹਨੂੰ ਉਹ ਜਿਹੜਾ ਇਹਨਾਂ ਦਾ ਗੁਰੂ ਬੈਠਾ ਨਾ 5-7,000 ਮੀਲ ਤੇ ਉਹ ਉਹਨੂੰ ਕੋਈ ਸੇਫ ਨਹੀਂ ਉਹ ਆਰਾਮ ਨਾਲ ਬੈਠਾ ਉਹ ਇਹਨਾਂ ਤੋਂ ਡਿਕਟੇਟ ਕਰਾਈ ਜਾ ਰਿਹਾ ਆਪਣੀ ਉਹ ਜਿੱਦਾਂ ਕੱਢੀ ਜਾ ਰਿਹਾ ਡਾਕਟਰ ਸਾਹਿਬ ਸਿਚੁਏਸ਼ਨ ਇਜ਼ ਵੈਰੀ ਡਾਰ ਯੂਨੋ ਆਨੈਸਟਲੀ ਆਈ ਨੈਵਰ ਸੈਡ ਇਨ ਮਾਈ ਇਨ ਪਾਸਟ ਲਾਈਕ ਦੈਟ ਬਟ ਆਈ ਡੂ ਫੀਲ ਵੀ ਆਰ ਆਲ ਅਨਸੇਫ ਐਂਡ ਸਮਥਿੰਗ ਗੋਟ ਟੂ ਬੀ ਡਨ ਡਾਕਟਰ ਸਾਹਿਬ ਸਮਥਿੰਗ ਗੋਟ ਟੂ ਬੀ ਡਨ ਨਿਊਯਾਰਕ ਵਿੱਚ ਏਦਾਂ ਹੁੰਦੀ ਸੀ ਕਿਸੇ ਟਾਈਮ ਬਿਲਕੁਲ 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 ਹਰ ਟਾਊਨ ਅਸੀਂ ਜਿਹੜੇ ਸੇਫ ਇਲਾਕਿਆਂ 'ਚ ਰਹਿੰਦੇ ਹਾਂ ਅੱਜ ਉਹ ਵੀ ਡਾਕਟਰ ਸਾਹਿਬ ਉਹ ਪੁਰਾਣੀਆਂ ਨਿਊਯਾਰਕ ਬਣ ਰਿਹਾ ਹੈਗਾ ਔਰ ਰੱਬ ਜਾਣੇ ਇਹਦੇ ਵਿੱਚੋਂ ਕਿੱਥੋਂ ਨਿਕਲਣਾ ਕੀ ਉਹ 'ਚੋਂ ਨਿਕਲਣਾ ਆਈ ਡੋਨਟ ਨੋ ਯੂਨੋ ਇੱਥੇ ਡਾਕਟਰ ਸਾਹਿਬ ਪ੍ਰੋਬਲਮ ਇੱਥੇ ਦੂ ਗੁਡਰਲ ਬਹੁਤ ਆ ਬੜੇ ਥੈਂਕ ਯੂ ਬਹੁਤ ਬਹੁਤ ਮਿਹਰਬਾਨੀ ਇਹ ਤਾਂ ਸੀ ਜੀ ਮੇਰੇ ਵੀਰ ਹਰਭਜਨ ਸੁਮਨ ਹੁਣੀ ਜਿਨ੍ਹਾਂ ਨੇ ਕੈਂਟ ਤੋਂ ਫੋਨ ਕੀਤਾ ਤੁਸੀਂ ਕ੍ਰਾਈਮ ਬਾਰੇ ਕੀ ਕਹਿਣਾ ਚਾਹੁੰਦੇ ਆ ਕ੍ਰਾਈਮ ਕਿਉਂ ਵਧਿਆ ਹੈਗਾ ਕ੍ਰਾਈਮ ਕਿਉਂ ਵੱਧ ਰਿਹਾ ਹੈਗਾ ਉਹਦੇ ਕੀ ਕਾਰਨ ਹੈਗੇ ਆ ਅਤੇ ਇਹਨੂੰ ਆਪਾਂ ਕਿੱਦਾਂ ਘਟਾ ਸਕਦੇ ਗੌਰਮੈਂਟਾਂ ਨੂੰ ਕੀ ਕਰਨਾ ਚਾਹੀਦਾ ਜੋ ਗੌਰਮੈਂਟ ਦੀਆਂ ਪੋਲਿਸੀਆਂ ਹੈਗੀਆਂ ਲੈ ਵੀ ਕੀ ਉਹ ਕੰਮ ਕਰ ਰਹੀਆਂ ਨਹੀਂ ਕਰ ਰਹੀਆਂ ਤੁਸੀਂ ਕਿੰਨਾ ਕੁ ਸੇਫ ਫੀਲ ਕਰਦੇ ਹਾਂ ਜਿੱਥੇ ਤੁਸੀਂ ਆਪਣੇ ਏਰੀਏ ਵਿੱਚ ਰਹਿੰਦੇ ਆ ਉੱਥੇ ਤੁਸੀਂ ਕਿੰਨਾ ਕੁ ਸੇਫ ਫੀਲ ਕਰਦੇ ਆ ਘਰ ਤੋਂ ਬਾਹਰ ਤੁਹਾਡੇ ਬੱਚੇ ਵੀ ਜਾਂਦੇ ਆ ਕੰਮਾਂ ਕਾਰਾਂ 'ਤੇ ਵੀ ਜਾਣਾ ਹੁੰਦਾ ਹੈਗਾ ਤੁਹਾਨੂੰ ਵੀ ਜਾਣਾ ਪੈਂਦਾ ਹੈਗਾ
ਤੁਸੀਂ ਕਿੰਨਾ ਕੁ ਸੇਫ ਫੀਲ ਕਰਦੇ ਆ? ਟਾਊਨ ਵਿੱਚ ਜਾਂਦੇ ਹਾਂ ਜਾਂ ਈਵਨ ਘਰ ਦੇ ਵਿੱਚ ਵੀ ਜਿਹੜਾ ਤੁਸੀਂ ਕਿੰਨਾ ਕੁ ਸੇਫ ਫੀਲ ਕਰਦੇ ਹੈ? ਕਿਉਂਕਿ ਜਿਹੜੀਆਂ ਫਿਗਰਸ ਹੈਗੀਆਂ ਉਹ ਬਹੁਤ ਹੀ ਡਰਾਉਣੀਆਂ, ਯਾਨੀ ਕਿਹੜੀਆਂ ਫਿਗਰ ਹੈਗੀਆਂ ਫਰੋਡ ਜਿਹੜੀਆਂ ਹੈਗੀਆਂ, ਮੈਂ ਬਾਅਦ 'ਚ ਤੁਹਾਡੇ ਨਾਲ ਗੱਲ ਕਰਦਾ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲ ਰਹੇ ਜੀ? ਵੈਲਕਮ ਹੈ ਜੀ। ਹੈਲੋ ਡਾਕਟਰ ਸਾਹਿਬ, ਤੁਹਾਨੂੰ, ਤੁਹਾਡੇ ਸਟਾਫ ਨੂੰ, ਤੁਹਾਡੇ ਦਰਸ਼ਕਾਂ ਨੂੰ ਅਤੇ ਮੋਮੀ ਸਾਹਿਬ ਨੂੰ ਅਤੇ ਪੀਟਰ ਵਰਦ ਗੁਰਦੇਵ ਸਿੰਘ ਭੋਗਲ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੋਗਲ ਸਾਹਿਬ, ਵੈਲਕਮ ਤੁਹਾਡਾ, ਖੁਸ਼ਾਮਦੀ। ਤੁਸੀਂ ਕੀ ਕਹਿਣਾ ਚਾਹੁੰਦੇ? ਡਾਕਟਰ ਸਾਹਿਬ, ਤੁਹਾਡਾ ਪਿਆਰ ਸਿਰ ਮੱਥੇ, ਤੁਹਾਡਾ ਹੁਕਮ ਸਿਰ ਮੱਥੇ। ਹਾਂਜੀ, ਪ੍ਰੋਗਰਾਮ ਜਿਹੜਾ ਤੁਸੀਂ ਰੱਖਿਆ ਅਤੇ ਮੈਂ ਸੱਚੀ ਮੈਨੂੰ ਚੇਤਾ ਭੁੱਲ ਚੱਲਿਆ ਸੀਗਾ, ਬਾਹਰ ਚੱਲਿਆ ਸੀ, ਸੋਹਣਾ ਮੌਸਮ ਗਾਰਡਨ 'ਚ ਮੈਂ ਕੁਦਰਤੀ ਲਾ ਕੇ ਦੇਖ ਕੇ, ਮੈਂ ਕਿਹਾ ਇਹ ਡਾਕਟਰ ਉਹ ਲੈ ਵੀ, ਮੈਂ ਕਿਹਾ ਹੱਦ ਹੋ ਗਈ। ਭੋਗਲ ਸਾਹਿਬ, ਤੁਹਾਡੇ ਤੁਹਾਡੇ ਪੀਟਰਵਾ ਵਿੱਚ ਕ੍ਰਾਈਮ ਦਾ ਕੀ ਹਾਲ ਹੈ? ਹਾਂਜੀ ਹਾਂਜੀ, ਬਹੁਤ ਵਧੀਆ ਡਾਕਟਰ ਸਾਹਿਬ, ਬਹੁਤ ਵਧੀਆ ਵਿਸ਼ੇ ਹੁੰਦੇ ਤੁਹਾਡੇ, ਇਹ 'ਚ ਕੋਈ ਸ਼ੱਕ ਨਹੀਂ ਹੈ। ਥੈਂਕ ਯੂ ਜੀ, ਥੈਂਕ ਯੂ। ਦੇਖੋ, ਮੈਂ 1962 ਵਿੱਚ ਆਇਆ ਸੀਗਾ, ਉਦੋਂ ਇੱਥੋਂ ਗੱਲ ਮੈਂ ਸ਼ੁਰੂ ਕਰਦਾ, ਉਦੋਂ ਦੁੱਧ ਦੀਆਂ ਬੋਤਲਾਂ ਬਾਹਰ 2 ਪਈਆਂ ਹੋਣ, 3 ਪਈਆਂ ਹੋਣ, 1 ਪਈ ਹੋਵੇ, ਬਾਹਰ ਗਏ ਹੋਈਏ, ਵਾਪਸ ਆਈਏ, ਮਜ਼ਾਲਾ ਕਦੇ ਕੋਈ ਟੱਚ ਕਰ ਜਾਏ, ਈਵਨ ਨਿਊਜ਼ ਪੇਪਰ ਵੀ ਅਤੇ ਬ੍ਰੈਡ ਵੀ। ਨਿਊਜ਼ ਪੇਪਰ ਵੀ ਮੈਂ ਆਪ 3 ਪੇਪਰ ਲੈ ਕੇ ਜਾਂਦਾ ਰਿਹਾ, ਇੱਕ ਆਪਣੇ ਲਈ, ਦੋ ਗੋਰਿਆਂ ਨੂੰ ਵਾਸਤੇ। ਕਹਿੰਦੇ ਉਹ ਮੈਨੂੰ ਕਹਿੰਦੇ ਸੀਗੇ, ਬਿੱਲ ਸਾਡੇ 'ਤੇ ਭੋਗ ਲਏ ਸੀ, ਕਿਹਾ ਹੁੰਦਾ ਵਿਚਾਰਿਆਂ ਕੋਲ, ਕਹਿੰਦਾ ਸਾਡੇ ਲਈ ਵੀ ਇੱਕ ਇੱਕ ਪੇਪਰ ਚੱਕ ਲਏ। ਮੈਂ ਉਹਨਾਂ ਲਈ ਵੀ 3 ਅਖਬਾਰਾਂ ਲੈ ਕੇ ਜਾਂਦਾ, ਕਿਉਂਕਿ ਪੜ੍ਹਨ ਲਿਖਣ ਦਾ ਮੈਨੂੰ ਪਹਿਲਾਂ ਤਾਂ ਸ਼ੌਕ ਵਾ, ਅਤੇ ਉਸ ਪਹਿਲੇ ਦੁੱਧ। ਮੈਂ ਕਹਿੰਦਾ ਡਾਕਟਰ ਸਾਹਿਬ, ਇਹ ਫਰਕ ਕਿਉਂ ਪਿਆ ਤੁਹਾਡਾ, ਜਿਹੜਾ ਵਿਸ਼ਾ ਬਹੁਤ ਸੋਹਣਾ, ਵੀ ਕ੍ਰਾਈਮ ਕਿਉਂ ਵਧਿਆ? ਮੇਰਾ ਖਿਆਲ ਉਹ ਤਾਂ ਵਧਿਆ, ਮੈਂ ਉਦੋਂ ਬਹੁਤ ਸਾਲ ਪਹਿਲਾਂ ਇਹ ਪੜ੍ਹਿਆ ਵੀ ਸੀ ਅਖਬਾਰਾਂ ਵਿੱਚ, ਵੀ ਗੋਰੇ ਵੀ ਗੋਰਿਆਂ ਦੀਆਂ ਅਖਬਾਰਾਂ 'ਚ, ਇੰਗਲਿਸ਼ ਅਖਬਾਰਾਂ 'ਚ ਆਈ, ਵੀ ਯੂ ਕਹਿੰਦੇ ਸੀਗੇ ਵੀ ਯੂ ਆਰ ਵਟ ਯੂ ਈਟ। ਬਿਲਕੁਲ ਬਿਲਕੁਲ, ਉਹ ਤੁਸੀਂ ਖਾਂਦੇ ਆ ਉਹੀ ਕੁਛ ਆ ਤੁਸੀਂ, ਉਹਦਾ ਮਤਲਬ ਇਹ ਬਣਦਾ। ਚਲੋ ਪੰਜਾਬੀ 'ਚ ਕਹਿ ਦਿੰਦੇ ਹਾਂ ਆਪਾਂ, ਪੰਜਾਬੀ ਪ੍ਰੋਗਰਾਮ ਆ, ਇਹ ਕਹਿ ਦਿੰਦੇ ਹਾਂ ਵੀ ਜੋ ਕੁਛ ਤੁਸੀਂ ਖਾਂਦੇ ਆ ਉਹੀ ਕੁਛ ਤੁਸੀਂ ਹੈ। ਜਦੋਂ ਤੁਸੀਂ ਸਾਦਾ ਭੋਜਨ ਖਾਂਦੇ ਆ ਅਤੇ ਉਹਦੇ ਨਾਲ ਤੰਦਰੁਸਤੀ ਮਿਲਦੀ ਆ, ਜਦੋਂ ਤੁਸੀਂ ਜਿਹਨੂੰ ਜੰਕ ਫੂਡ ਕਹਿੰਦੇ ਆ, ਮੈਂ ਖੇ ਸਵਾ ਜਿਹਨੂੰ ਪੰਜਾਬੀ 'ਚ ਕਹਿ ਦਿੰਦੇ ਆ, ਅੰਦਰ ਸੁੱਟ ਲਿਆ, ਉਹਦੇ ਨਾਲ ਫਿਰ ਉਹ ਜੋ ਕੁਛ ਤੁਹਾਡੇ ਪੇਟ ਦੇ ਵਿੱਚ ਜਾਂਦਾ, ਢਿੱਡ ਵਿੱਚ ਜਾਂਦਾ ਡਾਕਟਰ ਸਾਹਿਬ, ਉਹਦਾ ਖੂਨ ਬਣਦਾ ਅਤੇ ਖੂਨ ਦੇ ਨਾਲ ਸੋਚ ਬਣਦੀ ਆ। ਬਿਲਕੁਲ ਬਿਲਕੁਲ ਬਿਲਕੁਲ, ਅਤੇ ਸੋਚ ਫਿਰ ਕਿੱਦਾਂ ਦੀ ਬਣਦੀ ਆ, ਵੀ ਚੰਗੇ ਕੰਮ ਅਤੇ ਮਾੜੇ ਕੰਮ, ਜਿਹਦੇ ਵਿੱਚ ਆਪਾਂ ਕ੍ਰਾਈਮ ਜਿਹੜਾ ਆਪਣਾ ਵਿਸ਼ਾ ਰੱਖਿਆ ਆ, ਇਸੇ ਕਰਕੇ ਹੀ ਆ ਵੀ ਯੂ ਆਰ ਵਟ ਯੂ ਈਟ, ਅਤੇ ਇਹ ਤੁਹਾਡੀ ਖੁਰਾਕ 'ਤੇ ਬਹੁਤ ਡਿਪੈਂਡ ਕਰਦਾ ਆ, ਕਿਉਂਕਿ ਖੁਰਾਕ ਤੋਂ ਖੂਨ ਬਣਦਾ, ਖੂਨ ਤੋਂ ਸੋਚ ਬਣਦੀ, ਸੋਚ ਤੋਂ ਆਹ ਕੁਛ ਹੁੰਦਾ ਫਿਰ। ਬਿਲਕੁਲ ਬਿਲਕੁਲ, ਅਤੇ ਜਦੋਂ ਮੈਂ ਆਹ ਡਾਕਟਰ ਸਾਹਿਬ ਜਦੋਂ ਮੈਂ ਆਹ ਗੱਲ ਪੜ੍ਹੀ ਸੀ ਨਾ ਵੀ ਯੂ ਆਰ ਵਟ ਯੂ ਈਟ, ਅਤੇ ਮੈਂ ਕਿੰਨਾ ਚਿਰ ਸੋਚਦਾ ਰਿਹਾ, ਬੈਠਾ ਲਾਇਬ੍ਰੇਰੀ ਦੇ ਵਿੱਚ ਜਾਂਦਾ ਹੁੰਦਾ ਸੀ, ਮੈਂ ਬੜਾ ਸ਼ੌਕ ਸੀ ਜਾਣ ਦਾ, ਮੈਂ ਰੋਜ਼ ਜਾਣਾ, ਅਤੇ ਮੈਂ ਸੋਚੀ ਪੈ ਗਿਆ, ਮੈਂ ਕਿਹਾ ਯਾਰ ਹੱਦ ਹੋ ਗਈ, ਅਤੇ ਮੈਂ ਉਹਦੇ ਬਾਅਦ ਮੈਨੂੰ ਫਿਰ ਵਿੱਚੋਂ ਜੋ ਸੋਚ ਦੇ ਵਿੱਚੋਂ ਨਿਕਲਿਆ ਨਾ, ਉਹ ਮੈਂ ਤੁਹਾਨੂੰ 4 ਕਲਾਈਨਾਂ ਨੇ, ਮੈਂ ਉਹ ਸੁਣਾਉਣਾ ਫਿਰ। ਜ਼ਰੂਰ ਜ਼ਰੂਰ ਜ਼ਰੂਰ, ਪ੍ਰਸ਼ਾਦ ਇਹਦਾ ਨਾਮ, ਇਹਦਾ ਡਾਕਟਰ ਸਾਹਿਬ ਇਹਦਾ ਨਾਮ ਹੀ ਮੈਂ ਇਹੋ ਰੱਖਿਆ ਵੀ ਅੱਛਾ ਭੋਜਨ। ਹਾਂਜੀ ਹਾਂਜੀ ਹਾਂਜੀ, ਜਿਹੜਾ ਤੁਹਾਡਾ ਵਿਸ਼ਾ ਅੱਜ ਹਾਂ ਲਿਖਿਆ ਵੀ ਰਿਸ਼ਟ ਪੁਸ਼ਟ ਰਹਿਣ ਦਾ ਲੋਕਾਂ ਭੁਲਾ ਚੇਤਾ। ਹਾਂ ਹਾਂ, ਉਦੋਂ ਜਦੋਂ ਮੈਂ ਆਇਆ ਸਿਰਫ ਫਿਸ਼ ਐਂਡ ਚਿਪਸ ਹੁੰਦੇ ਸੀਗੇ, ਇਦਾਂ ਹੀ ਸੀ, ਮੀਲ ਹੁੰਦੀ ਸੀ, ਇਦਾਂ ਹੀ ਸੀ, ਕਿਉਂ ਮੈਂ ਆਪ ਸਿੰਗਲ ਸੀ, ਮੈਂ ਆਪ ਖਾਂਦਾ ਰਿਹਾ, ਥ੍ਰੀ ਕੋਰਸ ਮੀਲ ਬਹੁਤ ਵਧੀਆ ਜਾਣੀ, ਅਤੇ ਅੱਜ ਵਾਂਗੂ ਸਾਰਾ ਕੁਛ ਨਹੀਂ ਪਿਆ, ਐਡੇ ਐਡੇ ਮੋਟੇ ਮੋਟੇ ਜਿਹੜੇ ਮੂੰਹ 'ਚ ਪਾਉਂਦੇ ਨਿਆਣੇ, ਮੂੰਹ 'ਚ ਵੀ ਨਹੀਂ ਪੈਂਦਾ ਉਹ ਓਕੇ ਬੰਨ ਬੋਨ, ਪਤਾ ਨਹੀਂ ਕੀ ਕਹਿੰਦੇ, 9 ਵੀ ਇੱਦਾਂ ਦੇ ਜਾਂ 7 ਦੇ 9 ਵੀ ਨਹੀਂ ਲੈ ਹੁੰਦੇ ਭਰਾਵਾ। ਹਾਂਜੀ ਹਾਂਜੀ, ਲਿਖਿਆ ਬਈ ਰਿਸ਼ਟ ਪੁਸ਼ਟ ਰਹਿਣ ਦਾ ਲੋਕਾਂ ਭੁਲਾ ਚੇਤਾ, ਚੇਟਕ ਲਾ ਲਈ ਚਟਪਟੇ ਖਾਣਿਆਂ ਦੀ, ਆਪਣੇ ਆਪ ਦਾ ਚੁੱਕਿਆ ਨਾ ਭਾਰ ਜਾਂਦਾ, ਕਿਹੜਾ ਲਏਗਾ ਸਾਰ ਨਿਆਣਿਆਂ ਦੀ, ਬਈ ਅੱਜ ਖਾ ਖਾ ਅਸੀਂ ਜਮਾਂ ਨਕਾਰੇ ਹੋ ਗਏ,
ਅੱਜ ਖਾ ਖਾ ਅਸੀਂ ਜਮਾਂ ਨਕਾਰੇ ਹੋ ਗਏ, ਤਾਂਹੀਓ ਸਾਵੇਂ ਭੋਜਨ ਦੀ ਅੱਜ ਲੋੜ ਪੈ ਗਈ। ਕਿਉਂ ਪੈ ਗਈ ਡਾਕਟਰ ਸਾਹਿਬ? ਕਿਉਂਕਿ ਕਦੇ ਪਸ਼ੂਆਂ ਲਈ ਨਾਲ ਸੀ ਕੰਮ ਆਉਂਦੀ, ਅੱਜ ਪੁਰਸ਼ਾਂ ਨੂੰ ਇਹਦੀ ਲੋੜ ਪੈ ਗਈ। ਬਿਲਕੁਲ ਬਿਲਕੁਲ, ਪਸ਼ੂਆਂ ਨੂੰ ਵੀ ਨਾਲ ਦਿੰਦੇ ਸੀ ਲੂਣ ਪਾ ਕੇ। ਯੈਸ 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 ਯੈਸ, ਮੈਂ ਵੀ ਦਿੰਦਾ ਰਿਹਾ। ਹਾਂ, ਇਸੇ ਕਰਕੇ ਅੱਜ ਖਾ ਖਾ ਅਸੀਂ ਜਮਾਂ ਨਕਾਰੇ ਹੋ ਗਏ, ਤਾਂਹੀਓ ਸਾਵੇਂ ਭੋਜਨ ਦੀ ਅੱਜ ਲੋੜ ਪੈ ਗਈ। ਓਏ ਕਦੇ ਪਸ਼ੂਆਂ ਲਈ ਨਾਲ ਸੀ ਕੰਮ ਆਉਂਦੀ, ਅੱਜ ਪੁਰਸ਼ਾਂ ਨੂੰ ਇਹਦੀ ਲੋੜ ਪੈ ਗਈ। ਬਈ ਕਿਧਰੇ ਭੁੱਖੇ ਮਰਨ ਤੇ ਖਾ ਖਾ ਭੋਗਣ, ਮਰਨ ਕਿਧਰੇ, ਕਿਧਰੇ ਭੁੱਖੇ ਮਰਨ ਤੇ ਖਾ ਖਾ ਭੋਗਣ, ਮਰਨ ਕਿਧਰੇ, ਕਿਧਰੇ ਖਾਣ ਪੀਣ ਪਿੱਛੇ ਪੈਣ ਫਤੂਰ ਯਾਰੋ। ਓਏ ਅਕਲ ਹੁੰਦਿਆਂ ਬੇਅਕਲੇ ਬਣੇ ਰਹਿਣਾ, ਇਹ ਕਿਸ ਦਾ ਦੱਸੋ ਕਸੂਰ ਯਾਰੋ। ਡਾਕਟਰ ਸਾਹਿਬ, ਅਕਲ ਹੁੰਦਿਆਂ ਬੇਅਕਲੇ ਬਣੇ ਰਹਿਣਾ, ਇਹ ਕਿਸ ਦਾ ਦੱਸੋ ਕਸੂਰ ਯਾਰੋ। ਬਈ ਇਹ ਕਿਸ ਦਾ ਦੱਸੋ ਕਸੂਰ ਯਾਰੋ। ਭੋਜਨ ਤੇ ਇਹ ਖੁਰਾਕ ਤੇ ਡਿਪੈਂਡ ਕਰਦਾ ਡਾਕਟਰ ਸਾਹਿਬ? ਹਾਂਜੀ 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 ਬਿਲਕੁਲ ਡਾਕਟਰ। ਉੱਥੋਂ ਮੈਨੂੰ ਖਿਆਲ ਆਇਆ ਸੀ ਯੂ ਆਰ ਵਟ ਯੂ ਈਟ। ਮੈਂ ਤਾਂ ਇੰਨੇ ਕੁ ਤੇ ਖੜਾ ਆ, ਤੇ ਬਾਕੀ ਹੋਰ ਮੈਨੂੰ ਇਹਦੇ ਬਾਰੇ ਬਹੁਤੀ ਜਾਣਕਾਰੀ ਜਾਂ ਨੌਲੇਜ ਨਹੀਂ ਹੈ। ਠੀਕ ਹੈ ਜੀ, ਠੀਕ ਆ ਡਾਕਟਰ ਸਾਹਿਬ, ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰੇ ਵੀਰ। ਇਹ ਤਾਂ ਸੀ ਜੀ ਭੋਗਲ ਸਾਹਿਬ, ਜਿਨ੍ਹਾਂ ਨੇ ਪਿਲਟਰਾ ਤੋਂ ਫੋਨ ਕੀਤਾ। ਤੁਸੀਂ ਇਹ ਕੀ ਕਹਿਣਾ ਚਾਹੁੰਦੇ ਕ੍ਰਾਈਮ ਬਾਰੇ? ਕ੍ਰਾਈਮ ਕਿਉਂ ਵੱਧ ਰਿਹਾ ਹੈਗਾ, ਇਹਨੂੰ ਆਪਾਂ ਕਿੱਦਾਂ ਘਟਾ ਸਕਦੇ ਹਾਂ, ਕਿਸ ਕਿਸਮ ਦਾ ਕ੍ਰਾਈਮ ਯਾਨੀ ਕਿ ਵੱਧ ਰਿਹਾ ਹੈਗਾ, ਅਤੇ ਇਹ ਵੀ ਤੁਸੀਂ ਆਪਣੇ ਏਰੀਆਜ਼ ਵਿੱਚ ਤੁਸੀਂ ਆਪਣੇ ਆਪ ਨੂੰ ਕੀ ਸੇਫ ਮਹਿਸੂਸ ਕਰਦੇ ਆ? ਤੁਹਾਡੇ ਬੱਚੇ ਬਾਹਰ ਜਾਂਦੇ, ਤੁਸੀਂ ਕੀ ਉਹਨਾਂ ਬਾਰੇ ਫਿਕਰ ਨਹੀਂ ਹੁੰਦਾ ਲੈ ਵੀ ਉਹ ਸੇਫ ਸਾਹਿਬ ਆਪਣੇ ਸੇਫ ਤਰੀਕੇ ਨਾਲ ਘਰ ਵਾਪਸ ਆ ਜਾਣ? ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲ ਰਹੇ ਜੀ? ਹਾਂਜੀ ਮਹਾਰਾਜ, ਜੈ ਗੁਰਦੇਵ ਜੀ, ਦਵਿੰਦਰ ਲੰਡਨ ਤੋਂ ਬੋਲਦਾ। ਦਵਿੰਦਰ ਜੀ, ਜੈ ਗੁਰਦੇਵ, ਵੈਲਕਮ, ਖੁਸ਼ਾਮਦੀਦ। ਕੀ ਕਹਿਣਾ ਚਾਹੁੰਦੇ ਤੁਸੀਂ? ਕੀ ਪਹਿਲਾਂ ਦੱਸੋ ਸੀ ਅੱਜ ਦਾ ਮੁੱਦਾ ਕੀ ਰੱਖਿਆ ਜੀ? ਅੱਜ ਦਾ ਮੁੱਦਾ ਇਹ ਰੱਖਿਆ ਵੀਰ ਮੇਰੇ ਲਈ, ਵੀ ਕ੍ਰਾਈਮ ਜਿਹੜਾ ਹੈਗਾ ਉਹ ਹਰ ਤਰ੍ਹਾਂ ਦਾ ਕ੍ਰਾਈਮ ਬਹੁਤ ਵੱਧ ਗਿਆ, ਇਹਦੇ ਕੀ ਕਾਰਨ ਆ ਤੇ ਇਹਨੂੰ ਕਿੱਦਾਂ ਰੋਕਿਆ ਜਾ ਸਕਦਾ? ਜੀ ਯੂਕੇ ਵਿੱਚ, ਇਹ ਤਾਂ ਗੱਲ ਸਹੀ ਆ ਭਾਜੀ, ਯੂਕੇ ਵਿੱਚ ਬਿਲਕੁਲ ਬਿਲਕੁਲ, ਇਸ ਗੱਲ 'ਚ ਕੋਈ ਸ਼ੱਕ ਹੀ ਨਹੀਂ। ਹਾਂ, ਸਾਡੇ ਇੱਥੇ ਲੰਡਨ ਦੇ ਵਿੱਚ ਜਿੱਥੇ ਅਸੀਂ ਰਹਿੰਦੇ ਹਾਂ ਨਾ, ਹਾਂਜੀ ਹਾਂਜੀ, ਮਾੜੀ ਜੀ ਕੋਈ ਗੱਲ ਹੁੰਦੀ ਆ ਤਾਂ ਨਾਲ ਹੀ ਨਾਈਫ ਕੱਢ ਕੇ ਠਾ ਦੇਣੀ ਦੀ ਝੱਡ ਦੇ ਵਿੱਚ। ਬਿਲਕੁਲ 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 ਬਿਲਕੁਲ, ਹੈ ਨਾ। ਹਾਂ, ਅੱਛਾ, ਦੂਜਾ ਇਹ ਵੀ ਕੰਮ ਬਹੁਤ ਵੱਧ ਗਿਆ। ਹਾਂ ਹਾਂ, ਕਿ ਜੇ ਕੋਈ ਲੇਡੀਜ਼ ਆ ਉਹ ਸ਼ੋਪਿੰਗ ਕਰਨ ਜਾਂਦੀ ਆ, ਹਾਂਜੀ ਹਾਂਜੀ, ਤੇ ਸਾਡੇ ਇੱਥੇ ਹਾਈ ਸਟਰੀਟ ਦੇ ਵਿੱਚ ਹੰਸਲੋ ਦੇ ਵਿੱਚ ਕੀ ਹੁੰਦਾ ਪਿਆ ਕਿ ਤੁਸੀਂ ਕਿਸੇ ਸਟੋਰ ਦੇ ਵਿੱਚ ਲੇਡੀ ਸ਼ੋਪਿੰਗ ਕਰਦੀ ਪਈ ਆ ਨਾ, ਤੇ ਉਹ ਪਰਸ ਦਾ ਉਹਨੇ ਬਾਂਹ ਚ ਪਾਇਆ ਹੋਇਆ, ਹਾਂਜੀ, ਪਰ ਉਹਦਾ ਜਿਹੜਾ ਮੂੰਹ ਆ ਪਿਛਲੇ ਪਾਸੇ ਨੂੰ ਆ। ਕਈ ਵਾਰੀ ਇੱਦਾਂ ਹੋ ਜਾਂਦਾ ਤੁਸੀਂ ਨਹੀਂ ਧਿਆਨ ਕਰਦੇ, ਬਿਲਕੁਲ, ਹੈਨਾ, ਉਹਦੇ ਵਿੱਚ ਤੁਹਾਡਾ ਆਈਫੋਨ ਪਿਆ ਵਾ, ਹਾਂਜੀ ਹਾਂਜੀ, ਜਿਹਦੀ ਕੀਮਤ ਘੱਟੋ ਘੱਟ 300-400 pounds ਤੋਂ ਲੈ ਕੇ ਉੱਪਰ ਤੱਕ ਤੁਸੀਂ ਜਿੱਥੇ ਤੱਕ ਮਰਜ਼ੀ ਚਲ ਜਾਓ। ਬਿਲਕੁਲ ਬਿਲਕੁਲ, 1100-1200 pounds ਤੱਕ ਵੀ ਹੈਗੇ ਆ। ਹਾਂਜੀ ਹਾਂਜੀ, ਉਹ ਪਿਛਲੇ ਪਾਸੇ ਦੀ ਉਹ ਜਦ ਪਿੱਛੇ ਜਿਹੜਾ ਬੰਦਾ ਖੜਾ ਹੁੰਦਾ ਜਾਂ ਲੇਡੀ ਖੜੀ ਹੁੰਦੀ, ਇੰਨੀ ਕਲੈਵਰ ਹੁੰਦੀ ਆ ਕਿ ਉਹਦੇ ਪਰਸ ਦੀ ਜਿਪ ਖੋਲ ਕੇ ਵਿੱਚੋਂ ਫੋਨ ਹੀ ਕੱਢ ਲੈਂਦੇ ਆ ਨਾ। ਕਈ ਵਾਰੀ ਜਾਣੀ ਕਿ ਜੇ ਤੁਹਾਡੇ ਜੀਨ ਪਾਈ ਆ ਪਿਛਲੀ ਜੇਬ 'ਚ ਫੋਨ ਪਾਇਆ, ਉਹ ਵੀ ਜਾਂਦਾ ਲੱਗਦਾ, ਉਹ ਵੀ ਜਾਂਦਾ ਲੱਗਦਾ। ਇਹ ਸੇਮ ਮੇਰੀ ਬੇਬੀ ਨਾਲ, ਮੇਰੀ ਗੁੱਡੀ ਨਾਲ ਵਾਪਰਿਆ ਜੀ ਇੱਦਾਂ। ਉਹ ਵਿਚਾਰੀ ਸਟੋਰ 'ਚ ਸ਼ੋਪਿੰਗ ਕਰਨ ਗਈ, ਮਗਰ ਉਹਦਾ ਪਰਸ ਤੋਂ ਮਗਰਲੇ ਪਾਸੋਂ ਉਹਨੂੰ ਪਤਾ ਹੀ ਨਹੀਂ ਲੱਗਾ, ਬੰਦੇ ਨੇ ਜਿਪ ਖੋਲ ਕੇ ਪਰਸ ਦੇ ਵਿੱਚੋਂ ਹੀ ਕੱਢ ਲਿਆ ਜੀ। ਐਕਚੁਲੀ ਇਹ ਆ ਕਿ ਜਦ ਦਾ ਨਾ ਇਹਨਾਂ ਨੇ ਯੂਰਪ ਨੂੰ ਸੱਦਾ ਦਿੱਤਾ ਇੱਥੇ ਯੂਕੇ ਦੇ ਵਿੱਚ, ਹਾਂਜੀ ਹਾਂਜੀ, ਉਦੋਂ ਦੀਆਂ ਇਹ ਵਾਰਦਾਤਾਂ ਵਾਪਰਨ ਲੱਗੀਆਂ। ਠੀਕ ਹੈ, ਠੀਕ ਹੈ। ਪਰ ਅਸੀਂ ਅਸੀਂ ਅਲਾਊਡ ਨਹੀਂ ਹੈਗੇ ਕਿ ਅਸੀਂ ਕਿਹਨਾਂ ਕਿਹਨਾਂ ਕੰਟਰੀਆਂ ਦਾ ਨਾਂ ਲਈਏ, ਹਾਂਜੀ, ਕਿ ਮੈਂ 100% ਸ਼ਿਓਰ ਹਾਂ ਕਿ ਇਹ ਜਿਹੜੇ ਸਾਡੇ
ਇੰਗਲੈਂਡ ਦੇ ਗੋਰੇ ਲੋਕ ਆ ਉਹ ਇੰਨੇ ਗਿਰੇ ਹੋਏ ਨਹੀਂ ਹੈਗੇ ਤਾਂ ਦੱਸਦੀ ਹਨਾ, ਜੇ ਸਾਡੇ ਲੋਕਾਂ ਦੇ ਵਿੱਚ ਗੋਰੇ ਲੋਕ ਆ ਜਾਂ ਸਾਡੇ ਲੋਕ ਆ, ਅਸੀਂ ਲੋਕ ਇੰਨੇ ਗਿਰੇ ਨਹੀਂ ਹੈਗੇ ਕਿ ਅਸੀਂ ਪਰਸਾਂ ਤੱਕ ਵੀ ਪਹੁੰਚ ਜਾਈਏ ਤੇ ਜੋ ਮਿਲਦਾ ਉੱਥੋਂ ਤੱਕ ਪਹੁੰਚ ਜਾਈਏ। ਦਵਿੰਦਰ ਜੀ, ਮੈਂ ਆਪਣੇ ਏਰੀਏ ਵਿੱਚ ਜਿਹੜੇ ਡਸਟਬਿਨ ਆ ਉਹਦੇ ਵਿੱਚੋਂ ਸਮਾਨ ਕੱਢਦੇ ਲੋਕ ਦੇਖੇ ਹੈ। ਬਿਲਕੁਲ ਬਿਲਕੁਲ ਗੱਲ ਸਹੀ ਹੈ ਜੀ। ਉਹ ਭਾਜੀ ਤੁਸੀਂ ਯਕੀਨ ਮੰਨਿਓ ਕਾਫੀ ਪੁਰਾਣੀ ਗੱਲ ਵਾ, ਅਸੀਂ ਨਾ ਪਿੱਛੇ ਕਮਰਾ ਬਣਾਉਂਦੇ ਪਏ ਸੀਗੇ, ਮੇਰੀ ਇੱਕ ਕਾਫੀ ਕੀਮਤੀ ਮਸ਼ੀਨ ਸੀਗੀ ਤੇ ਮੈਂ ਮਸ਼ੀਨ ਕਿਹਾ ਅੰਦਰ ਰੱਖ ਲਈ, ਕਹਿੰਦੀ ਨਹੀਂ ਤੇ ਭਾਰੀ ਆ ਪਿੱਛੇ ਠੀਕ ਆ ਹਨਾ, ਤੇ ਮੈਂ ਉਹਦੇ ਨਾਲ ਸਹਿਮਤ ਨਹੀਂ ਸੀਗਾ ਕਿਉਂਕਿ ਇਲੈਕਟ੍ਰੀਸਿਟੀ ਰਾਤ ਨੂੰ ਤੇਜ਼ ਤੁਰ ਪਊਗੀ ਤੇ ਮਸ਼ੀਨ ਤਾਂ ਇਲੈਕਟ੍ਰੀਸਿਟੀ ਖਰਾਬ ਹੋਣੀ ਆ ਨਾ। ਪਰ ਉਹ ਮੈਂ ਵਾਈਫ ਦੀ ਗੱਲ ਨੂੰ ਇਗਨੋਰ ਨਹੀਂ ਕਰ ਸਕਿਆ ਤੇ ਕੁਦਰਤੀ ਬਿਲਡਰਾਂ ਨੇ ਕੀ ਕੀਤਾ, ਸਾਈਡ ਦੀ ਡੋਰ ਖੁੱਲੀ ਰਹਿਣ ਤੀ ਜੀ। ਅੱਛਾ, ਉਹ ਰਾਤ ਨੂੰ ਕੀ ਹੋਇਆ, ਉਹ ਪਿੱਛੇ ਜਿਹੜਾ ਕਮਰਾ ਉਦਾਂ ਗੈਰੇਜ ਜੀ ਸੀਗੀ ਛੋਟੀ ਜਿਹੀ ਬਣਾਈ, ਉਹਦੀਆਂ ਛੱਤ ਦੇ ਉੱਤੇ ਲੋਹੇ ਦੀਆਂ ਚਾਦਰਾਂ ਸੀ ਜੀ। ਉਹ ਚਾਦਰਾਂ ਚੱਕਣ ਆਏ, ਜੋ ਮੇਰਾ ਲੋਹੇ ਦੇ ਟੂਲ ਟਾਲ ਸੀ ਉਹ ਸਾਰੇ ਚੱਕੇ ਲੈ ਗਏ ਜੀ ਉਹ ਰਾਤ ਨੂੰ। ਤੇ ਉਹ ਮਸ਼ੀਨ ਮੇਰੀ ਭਾਜੀ ਘੱਟੋ ਘੱਟ 3,000 ਪਾਉਂਡ ਦੀ ਹੋਊਗੀ ਉਹ। ਦੱਸੋ ਤਾਂ ਜੀ, ਦੱਸੋ ਤਾਂ। ਔਰ ਮੇਰੀ ਉਹ ਮਸ਼ੀਨ ਜਾਣ ਤੋਂ ਪਿਆਰੀ ਸੀ ਜੀ ਮੈਨੂੰ, ਮੈਂ ਉਹ ਤੋਂ ਇੰਨਾ ਕੰਮ ਲੈਂਦਾ ਸੀਗਾ। ਇੱਦਾਂ ਹੀ ਹੈ ਜੀ, ਇੱਦਾਂ ਹੀ ਆ। ਤੇ ਉਹ ਜਨਾਬ ਰਾਤ ਨੂੰ ਹੁਣ ਮੈਂ ਮਲਕੇ ਮੈਨੂੰ ਵੀ ਨਹੀਂ ਪਤਾ ਲੱਗਾ ਮੇਰਾ ਜਿਹੜਾ ਕਮਰਾ ਵਾ ਉਹ ਗਾਰਡਨ ਵਾਲੀ ਸਾਈਡ ਤੇ ਆ, ਨਹੀਂ ਤਾਂ ਆਵਾਜ਼ ਮਾੜੀ ਮੋਟੀ ਕਿਹੜੀ ਆਉਂਦੀ ਆ ਜੀ। ਤੇ ਉਹ ਮਿਸਿਜ ਸੌਂਦੀ ਮੋਹਰਲੇ ਕਮਰੇ ਚ, ਕਹਿੰਦੀ ਰਾਤ ਨੂੰ 2 ਵਜੇ ਟਰੱਕ ਆਇਆ, ਮੈਂ ਆਵਾਜ਼ ਟਰੱਕ ਦੀ ਸੁਣੀ ਆ ਜੀ, ਤੇ ਸਾਡੇ ਘਰ ਦੇ ਮੋਹਰੇ ਆਣ ਕੇ ਉਹ ਟਰੱਕ ਰੁਕ ਗਿਆ ਤੇ ਸਾਈਡ ਥਾਣੀ ਉਹ ਬੰਦਿਆਂ ਨੇ ਪਤਾ ਨੀ ਡੋਰ ਖੁੱਲੀ ਹੋਊਗੀ ਜਾਂ ਕਿੱਦਾਂ ਖੋਲੀ, ਉਹ ਭਾਜੀ ਅੱਧੀ ਮਸ਼ੀਨ ਖੋਲ ਕੇ ਹੀ ਲੈ ਗਏ। ਉਹ ਜਿਹੜਾ ਲੋਹਾ ਸੀ ਨਾ ਉਹਨਾਂ ਦਾ ਲੋਹਾ ਕਿਤੇ 100 ਪਾਉਂਡ ਦਾ ਵਿਕ ਗਿਆ ਹੋਊਗਾ, ਪਰ ਮੇਰਾ ਕੁੰਡਾ ਹੋ ਗਿਆ ਭਾਜੀ ਸਾਰਾ ਹੀ। ਉਹਦਾ ਅੱਧੀ ਮਸ਼ੀਨ ਉਹ ਚੱਕ ਕੇ ਲੱਗ ਗਿਆ, ਮੈਂ ਗੁੱਸੇ ਨੇ ਆਏ ਨੇ, ਫਿਰ ਮੈਂ ਕਿਹਾ ਵੀ ਅੱਧੀ ਮੇਰੇ ਕਿਸ ਕੰਮ ਦੀ, ਮੈਂ ਚੱਕ ਕੇ ਉਹ ਵੀ ਬਾਹਰ ਰੱਖ ਦਿੱਤੀ ਜੀ। ਮੈਂ ਤੁਹਾਨੂੰ ਇਹਦੇ ਨਾਲ ਦੀ ਗੱਲ ਦੱਸਦਾ, ਪਿੱਛੇ ਹੈ ਜਿਹੜਾ ਹੈਗਾ ਕੁੱਕਰ ਚੇਂਜ ਕਰਾਇਆ, ਪੁਰਾਣਾ ਕੁੱਕਰ ਮੈਂ ਬਾਹਰ ਰੱਖਿਆ, ਉਹ 10 ਮਿੰਟਾਂ ਵਿੱਚ ਹੀ ਉੜ ਗਿਆ। ਉਹ ਮੈਨੂੰ ਜਿਹੜਾ ਫਿਟਰ ਸੀ ਨਾ ਆਇਆ ਆਪਣਾ ਗੈਸ ਵਾਲਾ, ਉਹ ਕਹਿੰਦਾ ਉਹ ਮੈਂ ਕਿਹਾ ਇਹਨੂੰ ਚੁਕਾਉਣਾ ਵੀ ਆ, ਕਹਿੰਦਾ ਚੁਕਾਉਣ ਦੀ ਜ਼ਰੂਰਤ ਕੀ ਆ, ਬਾਹਰ ਕਹਿੰਦਾ ਰੱਖ ਦੇ 10 ਮਿੰਟਾਂ 'ਚ ਉੜ ਜਾਣਾ, ਉਹ ਬਾਕੀ 10 ਮਿੰਟ 'ਚ ਖਾਲੀ ਲੈ ਕੇ ਚੱਕੇ। ਬਿਲਕੁਲ ਮਲਕੀ, ਇਹ ਵੀ ਗੱਲਾਂ ਹੋਣ ਡੀਆਂ ਵਾ। ਮੈਂ ਡਬਲ ਗਲੇਜ ਕਰਾਈ ਆ ਜੀ ਐਤਕੀ ਸਮਰ ਦੇ ਵਿੱਚ, ਉਹ ਜਿਹੜਾ ਅਲਮੀਨੀਅਮ ਦੇ ਸੀ ਨਾ ਫਰੇਮ, ਹਾਂਜੀ ਹਾਂਜੀ, ਉਹ ਬਸ ਉਹਨਾਂ ਨੇ ਲਾ ਕੇ ਰੱਖੀ ਆ, ਤੇ ਮੈਂ ਉਹਨਾਂ ਦੇ ਜਿਹੜੇ ਕਰਦੇ ਪਏ, ਮੈਂ ਕਿਹਾ ਭਰਾਵਾ ਇਹ ਗੰਦ ਗੁੰਦ ਤੁਸੀਂ ਆਪਣੀ ਵੈਨ 'ਚ ਲੈ ਕੇ ਜਾਣਾ, ਮੈਨੂੰ ਸਫਾਈ ਚਾਹੀਦੀ ਆ। ਬਿਲਕੁਲ ਬਿਲਕੁਲ, ਉਹ ਹਾਲੇ ਇੰਨੀ ਗੱਲ ਕਹਿਣ ਦੀ ਦੇਰ, ਉਹ ਵੈਨ ਵਾਲਾ ਆਇਆ ਸਭ ਕੁਝ ਹੀ ਚੱਕ ਕੇ ਲੈ ਗਿਆ ਜੀ। ਉੱਥੇ ਉਹਨਾਂ ਨੂੰ ਕੁਛ ਕਰਨ ਦੀ ਲੋੜ ਹੀ ਨਹੀਂ ਪਈ ਭਾਜੀ, ਉਹਨਾਂ ਨੂੰ ਪਤਾ ਮੁਸ਼ਕਿਲ ਆ। ਬਿਲਕੁਲ ਨਹੀਂ ਜੀ, ਮੇਰੇ ਦੋਸਤ ਆ ਬਹੁਤ ਕਲੋਜ਼, ਤੇ ਉਹਨਾਂ ਦੀ ਕੁੜੀ ਚਾਰਟਰਡ ਅਕਾਊਂਟੈਂਟ ਆ, ਤੇ ਉਹਨੇ BMW ਗੱਡੀ ਕਢਾਈ ਜੀ। ਹਾਂਜੀ ਹਾਂਜੀ, ਤੇ ਉਹਨੇ ਪਹਿਲਾਂ ਸਾਡੇ ਲਾਗੇ ਰਹਿੰਦੀ ਸੀ, ਤੇ ਹੈਰੋਵਾਲ ਉਹਨੇ ਘਰ ਲਿਆ ਬੜਾ ਵੱਡਾ ਜੀ, ਤੇ BMW ਗੱਡੀ ਨਵੀਂ ਖੜੀ ਆ ਜੀ। ਰਾਤ ਨੂੰ ਟਰੱਕ ਆਇਆ, ਜੈਕ ਲਾ ਕੇ ਟਰੱਕ ਦੇ ਵਿੱਚ BMW ਗੱਡੀ ਵਾੜ ਕੇ ਟਰੱਕ ਵਿੱਚ ਟੋਅ ਕਰਕੇ ਲੈ ਗਿਆ ਜੀ। ਇਦਾਂ ਹੀ ਜੀ, ਇਦਾਂ ਕਰਦੇ ਆ ਇਦਾਂ ਕਰਦੇ ਆ ਹਾਲ। ਪਰ ਸਾਨੂੰ ਨਹੀਂ ਸਮਝ ਆਈ, ਅਸੀਂ ਖੁੱਲ ਕੇ ਗੱਲ ਤਾਂ ਕਰ ਸਕਦੇ ਹਾਂ ਹਨਾ, ਪਰ ਉਹ ਆ ਕੇ ਅਸੀਂ ਚਾਹੁੰਦੇ ਨੇ ਵੀ ਕਿਸੇ ਦਾ ਨਾਂ ਲਈਏ, ਸਾਨੂੰ ਪਤਾ ਕਿਹੜੇ ਲੋਕ ਹੈਗੇ ਕਿਹੜੇ ਨਹੀਂ ਹੈਗੇ। ਪਰ ਸਾਡੀ ਗਵਰਨਮੈਂਟ ਨੂੰ ਅੱਖਾਂ ਖੋਲਣੀਆਂ ਚਾਹੀਦੀਆਂ ਵਾ, ਇਹਨਾਂ ਨੂੰ ਬਹੁਤ ਕੁਛ ਕਰਨ ਦੀ ਲੋੜ ਵਾ ਤੇ ਫਿਰ ਜਾ ਕੇ ਸੁਧਾਰ ਹੋ ਸਕਦਾ, ਨਹੀਂ ਤਾਂ ਇੱਥੇ ਤਾਂ ਹਾਲ ਇੰਡੀਆ ਨਾਲੋਂ ਵੀ ਮਾੜੇ ਹੋਣ ਡਿਆ ਤੁਹਾਨੂੰ। ਬਿਲਕੁਲ ਬਿਲਕੁਲ ਬਿਲਕੁਲ, ਮਤਲਬ ਕਿ ਤੁਸੀਂ ਜਾਣੇ ਆ, ਪਿੱਛੇ ਜਿਹਾ ਗੱਲ ਹੋਈ ਆ ਜੀ, ਕੋਈ ਸਾਡਾ ਮੁੰਡਾ ਸੀਗਾ ਪੰਜਾਬੀ, ਤੇ ਉਹ ਸਾਊਥ ਹਾਲ ਦੇ ਵਿੱਚ ਨਾ ਉਹ ਟੈਲੀਫੋਨ ਫੜਿਆ ਹੋਇਆ, ਤੇ ਉਹਦੇ ਕਵਰ ਜਿਹੜਾ ਸੀਗਾ ਉਹ ਪਤਾ ਨੀ ਜੋੜ ਜੁਰਮਾਨੀਆਂ ਦਾ ਡੁਪਲੀਕੇਟ ਸੀ ਜੀ ਕਵਰ ਉਹਦਾ। ਅੱਛਾ ਜੀ, ਤੇ ਉਹ ਕਾਲੇ ਨੇ ਪਤਾ ਨੀ ਕਿਹਨੇ ਦੇਖਿਆ, ਉਹਨੂੰ ਕਹਿੰਦਾ ਵੀ ਤੂੰ ਇਹਦਾ ਮੈਨੂੰ ਟੈਲੀਫੋਨ ਦੇ ਦੇ, ਇਹਦਾ ਕਵਰ ਬੜਾ ਨਾਈਸ ਆ, ਸਿਰਫ ਡੁਪਲੀਕੇਟ ਹੀ 5 ਪਾਉਂਡ ਵਾਲਾ ਹੈ।
ਉਹ ਕਹਿੰਦਾ ਮੈਂ ਨੀ ਦੇਣਾ, ਉਹਨੇ ਨਾਈਫ ਕੱਢਿਆ ਚੱਕ ਕੇ ਠਾ ਦੇਣੀ ਦੀ ਨਾਲ ਢਿੱਡ ਚ ਮੁੰਡਾ ਉੱਥੇ ਮਰ ਗਿਆ ਜੀ। ਓ ਮਾਈ ਗੋਡ, ਸਾਨੂੰ ਵੀ ਥੋੜਾ ਜਾ ਸਾਵਧਾਨ ਹੋਣ ਦੀ ਲੋੜ ਵਾ। ਜਦ ਕਿਤੇ ਤੁਸੀਂ ਏਦਾਂ ਦੀ ਗੱਲ ਦੇਖਦੇ ਹੋ ਉਸ ਵੇਲੇ ਪੁਲਿਸ ਨੂੰ ਇਨਫੋਰਮ ਕਰੋ, ਹੈਂਜੀ, ਸਾਡਾ ਹੀ ਫਰਜ਼ ਬਣਦਾ। ਜਿੱਦਾਂ ਕਹਿ ਲਓ ਕਿ ਜਿਹੜੇ ਨਾ ਯੂਰਪੀਅਨ ਲੋਕ ਹੈਗੇ ਆ, ਇਹ ਤਾਂ ਗੱਲ ਮੈਂ ਕਹਿ ਸਕਦਾ, ਹਾਂਜੀ, ਕੁਛ ਕੰਟਰੀ ਹੈਗੇ ਆ ਕਿ ਜਿਹੜੇ ਏਦਾਂ ਦੇ ਆ ਗੱਲਾਂ ਵਿੱਚ ਮਾਰ ਆ, ਉਹ ਹੀ ਇੱਥੇ ਆਏ ਹੋਏ ਆ, ਤੇ ਉਹਨਾਂ ਦਾ ਜਿੱਦਾਂ ਕਹਿ ਲਓ ਪੂਰਾ ਐਕਸਪੀਰੀਅੰਸ ਆ ਇਹਨਾਂ ਗੱਲਾਂ ਵਿੱਚ ਤਾਂ। ਬਿਲਕੁਲ ਬਿਲਕੁਲ, ਯੂ ਆਰ ਰਾਈਟ। ਸਾਡੇ ਇੰਗਲੈਂਡ ਦੇ ਲੋਕ ਹੀ ਨਹੀਂ ਇੰਨਾ ਨਾਲ, ਸਾਡੇ ਇੰਗਲੈਂਡ ਦੇ ਲੋਕ ਗੋਰੇ ਲੋਕ ਨਹੀਂ ਹੈਗੇ ਤਾਂ ਦਾ, ਇਦਾਂ ਹੀ ਹੈ, ਇਦਾਂ ਹੀ ਹੈ, ਖਾਸ ਕਰਕੇ ਅਸੀਂ ਵੀ ਨਹੀਂ ਹੈਗੇ। ਹਾਂਜੀ 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 ਹਾਂਜੀ, ਪਰ ਖੋਖ ਹੋਈ ਵਿੱਚ ਸਾਡੇ ਵੀ ਬੰਦੇ ਹੈਗੇ ਆ, ਜਿਹੜੀ ਨਵੀਂ ਜਿਹੜੇ ਆਪਣੇ ਨਵੀਂ ਜਨਤਾ ਆਈ ਹੈਗੀ, ਉਹਨਾਂ ਵਿੱਚੋਂ ਵੀ ਕੁਛ ਤੁਹਾਨੂੰ ਲੱਗਦਾ ਕੁਛ ਹੈ ਚਾਂਸਸ? ਨਹੀਂ, ਨਵੀਂ ਜਨਤਾ ਵਿੱਚੋਂ ਨਹੀਂ ਹੈਗੀ ਇਹ ਨਾ। ਸਾਡੇ ਇੱਥੇ ਕੀ ਆ, ਸਾਊਥਾਲ ਦੇ ਵਿੱਚ ਭਾਜੀ ਇੱਥੇ ਵੀ ਗਹਿਕ ਬਣੇ ਹੋਏ ਆ। ਪਿਛਲੇ ਵੀਕੇ ਕੋਈ ਹੋਲਸੇਲਰ ਸੀ ਜੁਐਲਰੀ ਵਾਲਾ, ਹਾਂਜੀ, ਉਹ ਤੁਹਾਡੇ ਸਾਊਥ ਬਰਮਿੰਗਮ ਤੋਂ ਆਇਆ ਇੱਥੇ ਰਿੰਗਾਂ ਰੁੰਗਾਂ ਸੁਨਿਆਰਿਆਂ ਨੂੰ ਦੇਣ, ਹਾਂਜੀ, ਤੇ ਮੈਂ ਕੁਦਰਤੀ ਆਪਣੇ ਦੋਨੋਂ, ਉਹ ਕਹਿੰਦਾ ਯਾਰ ਇੱਥੇ ਤੱਕ ਨਵੀਂ ਗੱਲ ਹੋਈ। ਮੈਂ ਕਿਹਾ ਕੀ ਗੱਲ ਹੋਈ? ਉਹ ਇੱਕ ਉਹਦੇ ਕੋਲ 2-2.5 ਕਿਲੋ ਮਾਲ ਹੋਊਗਾ ਜੀ ਗੋਲਡ ਦਾ, ਉਹ ਕਿਤੇ ਇੱਕ ਦੁਕਾਨ ਤੇ ਦਿੱਤਾ, ਉਹਨੇ 2-4 ਰਿੰਗਾਂ ਲਈਆਂ, ਫਿਰ ਦੂਜੀ ਤੇ ਦਿੱਤਾ, ਉੱਥੇ ਥੋੜਾ ਬਹੁਤਾ ਸਮਾਨ ਲਿਆ, ਉਹਨੇ ਬਾਅਦ 'ਚ ਬੈਗ ਪਾਇਆ ਹੋਇਆ ਸੀਗਾ ਜੀ, ਫਿਰ ਸਾਊਥਾਲ ਦਿੱਤਾ ਜੀ, ਹਾਂਜੀ, ਉੱਥੇ ਉੱਥੋਂ ਹੀ ਉਹਦੇ ਮਗਰ ਆਪਣੇ ਬੰਦੇ ਲੱਗ ਗਏ। ਜਦ ਉਹ ਕਾਰ ਦੇ ਵਿੱਚ ਬਹਿ ਗਿਆ ਨਾ, ਬੈਗ ਉਹਨੇ ਪਿਛਲੀ ਸੀਟ ਤੇ ਰੱਖਤਾ ਤੇ ਕਾਰ ਕਰ ਲਈ ਬੰਦ ਜੀ ਆਪਣੀ, ਕਾਰ 'ਚ ਜਾਣ ਲੱਗਾ ਤੇ ਉਹ ਪਿੱਛੋਂ ਇੱਕ ਬੰਦਾ ਦੌੜਾ ਆਇਆ, ਕਹਿੰਦਾ ਯਾਰ ਤੂੰ ਤੁਰਿਆ ਆ, ਤੇਰੀ ਪੈਂਟ ਵਿੱਚ ਆ 20 ਪਾਉਂਡ ਡਿੱਗ ਪਏ। ਓ ਮਾਈ ਗੋਡ! ਉਹਨੇ ਜੀ ਉਹ ਬਾਰੀ ਖੋਲੀ ਉਹਨੂੰ ਜਵਾਬ ਦੇਣ ਲਈ, ਨੂੰ ਫੜ ਕੇ ਨੋਟ ਦੇਖੇ ਵੀ ਮੇਰਾ ਡਿੱਗਿਆ, ਉਹਦੇ ਬਾਰੀ ਵਿੱਚ ਦੀ ਹੱਥ ਪਾ ਕੇ ਜਿਹੜਾ ਉਹਦਾ ਬੈਗ ਪਿਆ ਸੀ ਲੈ ਕੇ ਤਿੱਤਰ ਜੇ। ਅੱਛਾ, ਉਹ ਪੂਰਾ ਗੈਂਗ ਸੀ। ਫਿਰ ਉਹਨੂੰ ਹੋਰ ਉਹਨੂੰ ਉਹਦੇ ਉਹਨੂੰ ਪਰੇਸ਼ਾਨ ਕਰਦੇ ਪਏ ਆ, ਕਹਿੰਦੇ ਯਾਰ ਉਹ ਇੱਧਰ ਨੂੰ ਨੀ, ਇੱਧਰ ਨੂੰ ਦੌੜਿਆ, ਉਹ ਉੱਧਰ ਨੂੰ ਦੇਖਣ ਲੱਗ ਗਿਆ, ਉਨੀ ਦੇਰ ਉਹ ਬੈਗ ਲੈ ਕੇ ਤਿੱਤਰ ਹੋ ਗਿਆ। ਚੱਲ ਵੀ ਠੀਕ ਆ, ਤੇ ਉਹ ਤਾਂ ਜੀ ਉਹ ਜ਼ਿਆਦਾ ਤੇ ਨੀ, ਮੇਰਾ ਖਿਆਲ 1.5 ਲੱਖ ਪਾਉਂਡ ਵਿੱਚ ਤਾਂ ਰਗੜ ਹੋਇਆ ਹੀ ਆ ਵਿਚਾਰਾ, ਹੋਣਾ ਹੋ ਗਿਆ ਹੋਣਾ, ਬਿਲਕੁਲ ਬਿਲਕੁਲ। ਸੋ ਆਹ ਤਾਂ ਹਾਲ ਅੱਜ ਕੱਲ੍ਹ ਹੋਇਆ ਵਾ। ਸੋ ਇੱਥੇ ਤਾਂ ਮੈਨੂੰ ਲੱਗਦਾ ਇੰਡੀਆ ਨਾਲੋਂ ਵੀ ਭਾਜੀ ਮਾੜਾ ਹੀ ਹਾਲ ਆ ਤੁਹਾਨੂੰ ਦੱਸਦੀ, ਜੋ ਇਸ ਟਾਈਮ ਹੁੰਦਾ ਪਿਆ ਨਾ। ਦਵਿੰਦਰ ਜੀ ਦਾ, ਦਵਿੰਦਰ ਜੀ ਦਾ ਸੋਲੂਸ਼ਨ ਕੀ ਹੈ ਤੁਹਾਡੇ ਖਿਆਲ ਅਨੁਸਾਰ? ਸੋਲੂਸ਼ਨ ਇਹ ਆ ਕਿ ਸਾਡੇ ਜਿਹੜੇ ਜਿੰਨੇ ਵੀ ਹੋਨੈਸਟ ਪਰਸਨ ਆ, ਇਹ ਆਪਣੀਆਂ ਧੀਆਂ ਭੈਣਾਂ ਨਜ਼ਰਾਂ ਰੱਖਣ, ਹਾਂਜੀ, ਔਰ ਆਪਣੇ ਬੱਚਿਆਂ ਨੂੰ ਕਹੋ ਕਿ ਜਦ ਵੀ, ਖਾਸ ਕਰਕੇ ਧੀਆਂ ਭੈਣਾਂ ਨੂੰ ਇਹ ਜ਼ਰੂਰੀ ਵਾਰਨਿੰਗ ਆ ਕਿ ਤੁਸੀਂ ਪਰਸ 'ਚ ਬਾਂਹ ਕੇ ਜਾ ਪਾ ਕੇ ਜਾਂਦੇ ਆ, ਉਹਦਾ ਮੂੰਹ ਜਿਹੜਾ ਮੋਰਲੇ ਪਾਸੇ ਰੱਖੋ, ਹਾਂਜੀ, ਤੇ ਜ਼ਿਆਦਾ ਤੋਂ ਜ਼ਿਆਦਾ ਕੇਅਰਫੁਲ ਹੋਵੋ। ਜਦ ਤੁਸੀਂ ਕਿਸੇ ਨੂੰ ਇਹ ਕੁਛ ਕਰਦੇ ਦੇਖਦੇ ਵੀ ਆ ਨਾ, ਹਾਂਜੀ, ਤੇ ਬਸ ਫਟਾਫਟ ਤੁਸੀਂ ਪੁਲਿਸ ਨੂੰ 99 ਕਰਕੇ ਇਨਫੋਰਮ ਕਰੋ। ਸੋ ਇਹ ਬਚਾਅ ਆ ਕਿ ਅਸੀਂ ਰਲ ਮਿਲ ਕੇ ਪੁਲਿਸ ਦਾ ਵੀ ਸਾਥ ਦਈਏ ਤੇ ਗੌਰਮੈਂਟ ਦਾ ਵੀ ਸਾਥ ਦਈਏ, ਤੇ ਤਾਂ ਕਿ ਅਸੀਂ ਇਹਨਾਂ ਗੱਲਾਂ ਤੋਂ ਬਚ ਸਕੀਏ ਤੁਹਾਨੂੰ ਦੱਸ ਦਈਏ। ਠੀਕ ਹੈ ਜੀ, ਇਹ ਤਾਂ ਗੱਲਾਂ ਜ਼ਰੂਰੀ ਆ ਜੀ, ਜ਼ਰੂਰੀ ਆ। ਅਸੀਂ ਜੇ ਕੇਅਰਫੁਲ ਨਾ ਹੋਵਾਂਗੇ ਫਿਰ ਗੱਲ ਖਰਾਬ ਆ ਜੀ, ਫਿਰ ਗੱਲ ਖਰਾਬ। ਪਰ ਇਹ ਆ ਕਿ ਕਈ ਕੰਟਰੀ ਇੱਦਾਂ ਦੇ ਹੈਗੇ ਆ ਭਾਜੀ, ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਜਿਹਨਾਂ ਦਾ ਕਿ ਇਹਨਾਂ ਇਹਨਾਂ ਇੱਦਾਂ ਦੇ ਕੰਮ ਕਰਨ ਵਿੱਚ ਉਹ ਮਾਹਰ ਆ ਤੁਹਾਨੂੰ ਦੱਸਦੀ ਹੈ ਮਾਹਰ। ਸਾਡੇ ਸਾਊਥ ਵਾਲੇ ਕਾਏ ਜੀ ਵੈਨ ਦੇ ਵਿੱਚ, ਉਹ ਵਿਚਾਰੇ ਇੱਕ ਸਟੋਰ ਵਾਲੇ ਗਰੋਸਰੀ ਦੇ, ਹਾਂਜੀ, ਉਹਨਾਂ ਦੇ ਭਾਂਡੇ ਪਏ ਸੀ ਬਾਹਰ, ਉਹ ਵੈਨ ਮੂਹਰੇ ਖੜੀ, ਉਹਦੇ ਭਾਂਡੇ ਚੱਕ ਕੇ ਲੈ ਕੇ ਦੇਖਦਿਆਂ ਦੇਖਦਿਆਂ। ਇੱਥੇ ਡਰਦਾ ਕੋਈ ਲੱਗ ਹੀ ਨੀ ਜਾਂਦਾ ਵੀ ਅਗਲੇ ਤੇ ਚਾਕੂ ਲੱਗਣਾ ਤੇ ਮੇਰੇ ਨਾਲ ਲੱਗ ਜਾਏ ਜੀ। ਨਹੀਂ, ਕਈਆਂ ਤੋਂ ਗਨ ਵੀ ਹੈ।
ਉਹ ਵੀ ਹੈਗੀ ਆ ਜੀ, ਉਹ ਵੀ ਹੈਗੀ ਆ। ਪਰ ਹੁਣ ਪੁਲਿਸ ਵਾਲਿਆਂ ਨੇ ਕਿਹਾ ਹੈ ਵੀ ਜੇ ਕਿਸੇ ਕੋਈ ਸਪੈਸ਼ਲ ਕੋਈ ਨਾਈਫ ਨੂੰ 5 ਇੰਚ ਤੋਂ ਵੱਡਾ ਤੁਸੀਂ ਸਾਨੂੰ ਇੱਥੇ ਡਰੋਪ ਪੁਲਿਸ ਸਟੇਸ਼ਨ ਦੇ ਵਿੱਚ ਕਰ ਦਿਓ, ਗੌਰਮੈਂਟ ਕੋਸ਼ਿਸ਼ ਤਾਂ ਕਰਦੀ ਆ, ਪਰ ਨਹੀਂ, ਦਿਨੋ ਦਿਨ ਹਾਲ ਮਾੜਾ ਹੀ ਹੁੰਦਾ ਜਾਂਦਾ ਭਾਈ। ਇਹ ਬੜੀ ਇੱਕ ਦੁੱਖ ਵਾਲੀ ਗੱਲ ਵਾ ਤੇ ਫਿਕਰ ਵਾਲੀ ਗੱਲ ਵਾ, ਇੱਦਾਂ ਨਹੀਂ ਸਮਾਜ ਵਿੱਚ ਹੋਣਾ ਚਾਹੀਦਾ। ਜਦਕਿ ਦੇਖੋ ਗੱਲ ਇੱਦਾਂ ਨਾ ਕਿ ਗੌਰਮੈਂਟ ਸਾਨੂੰ ਇੰਨੀਆਂ ਫੈਸਿਲਿਟੀਆਂ ਦਿੰਦੀ ਆ, ਸਭ ਕੁਛ ਸਾਡੇ ਲਈ ਕਰਦੀ ਆ, ਔਰ ਸਾਨੂੰ ਓਨਾ ਹੀ ਇਮਾਨਦਾਰ ਹੋ ਕੇ ਨਿਭਾਉਣੀਆਂ ਚਾਹੀਦੀਆਂ ਤੰਦਾਂ ਦੇ। ਦੇਖ ਸਮਾਜ ਦੇ ਪ੍ਰਤੀ ਸਾਡੇ ਵੀ ਕੁਛ ਜ਼ਿੰਮੇਵਾਰੀਆਂ ਹੈਗੀਆਂ ਕਿ ਜਿਹੜਾ ਅਸੀਂ ਵੀ ਮੋਹਰੇ ਹੋ ਕੇ ਨਿਭਾਈਏ। ਬਿਲਕੁਲ ਜੀ, ਬਿਲਕੁਲ ਬਿਲਕੁਲ, ਆਹ ਗੱਲ ਹੈਗੀ। ਚਲੋ ਜੀ, ਜੈ ਗੁਰਦੇਵ। ਜੈ ਗੁਰਦੇਵ ਜੀ, ਇਹ ਤੁਸੀਂ ਮੇਰੇ ਵੀਰ ਦਵਿੰਦਰ ਹੋਣੀ ਜਿਹਨਾਂ ਨੇ ਲੰਡਨ ਤੋਂ ਫੋਨ ਕੀਤਾ, ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ? ਕ੍ਰਾਈਮ ਰੇਟ ਜਿਹੜਾ ਹੈਗਾ ਕਿਉਂ ਇੰਨਾ ਇਨਕੇ ਵੱਧ ਗਿਆ ਹੈਗਾ? ਪਿੱਛੇ ਜਾਣ ਕੇ ਮੈਂ ਫਿਗਰਸ 'ਚ ਦੇਖ ਰਿਹਾ, ਉਹ ਕਹਿੰਦੇ ਲੈ ਫਰੋਡ ਜਿਹੜਾ ਹੈਗਾ ਸਭ ਤੋਂ ਜ਼ਿਆਦਾ ਟੋਪ 'ਤੇ ਯਾਨੀ ਕਿ ਆ ਰਿਹਾ ਹੈਗਾ, ਅਤੇ ਫਰੋਡ ਜਿਹੜੇ ਸੀ ਇੰਸੀਡੈਂਟਸ 2023 ਦੇ ਵਿੱਚ ਪਿਛਲੇ ਸਾਲ ਉਹ ਸੀਗੇ 3,52,000 ਅਤੇ 6 ਯਾਨੀ ਕਿ ਜਿਹੜਾ ਹੈਗਾ 35 ਲੱਖ ਯਾਨੀ ਕਿ 2,000 ਅਤੇ ਆਪਣੇ 26,000 ਸੀਗੇ, ਯਾਨੀ ਕਿ ਇਹ ਤੁਸੀਂ ਇਹ ਅੰਦਾਜ਼ਾ ਲਾ ਲਓ। ਅਤੇ ਜੇ ਯਾਨੀ ਕਿ ਆਪਾਂ ਥੈਫਟ ਜਿਹੜੀ ਹੈਗੀ ਹੈ, ਚੋਰ ਬਜ਼ਾਰੀ ਯਾਨੀ ਜਿਵੇਂ ਚੋਰੀਆਂ ਕਰਨੀਆਂ ਜਿਹੜੀਆਂ ਹੈਗੀਆਂ, ਉਹਦਾ ਵੀ ਜਿਹੜਾ ਸੀਗਾ ਉਹ ਕੋਮਨ ਕ੍ਰਾਈਮ ਯਾਨੀ ਕਿ ਮੰਨਿਆ ਗਿਆ, ਅਤੇ ਉਹਦੀ ਜਿਹੜੀ ਰਿਪੋਰਟ ਹੈਗੀ ਆ ਉਹ ਵੀ ਜਿਹੜੀ ਸੀਗੀ 2,00,000 ਅਤੇ ਜਿਹੜਾ ਸੀਗਾ ਉਹ 650,000 ਯਾਨੀ ਜਾਂ ਤੁਸੀਂ ਕਹਿ ਲਓ ਦੋ ਯਾਨੀ ਕਿ 26 ਲੱਖ, ਅਤੇ ਉਦੋਂ ਬਾਅਦ ਯਾਨੀ ਕਿਹੜਾ ਹੈਗਾ 50,000, ਇੰਨੇ ਯਾਨੀ ਕਿ ਇੰਸੀਡੈਂਟ ਇਹ ਰਿਪੋਰਟ ਕੀਤੇ ਯਾਨੀ ਕਿ ਪੁਲਿਸ ਨੂੰ ਜਿਹੜੇ ਰਿਪੋਰਟ ਯਾਨੀ ਕਿ ਹੋਏ ਸੀਗੇ। ਇਸ ਤੋਂ ਬਿਨਾਂ ਬਹੁਤ ਸਾਰੇ ਕੇਸਿਸ ਇਹੋ ਜਿਹਾ ਵੀ ਹੈ ਜਿਹੜੇ ਕਿ ਰਿਪੋਰਟ ਨਹੀਂ ਕੀਤੇ ਜਾਂਦੇ। ਮੈਂ ਤੁਹਾਡੇ ਤੋਂ ਵੀ ਸੁਣਨਾ ਚਾਹੁੰਦਾ ਯਾਨੀ ਕਿ ਸਾਡੀਆਂ ਟੈਲੀਫੋਨ ਲਾਈਨਸ ਖੁੱਲ੍ਹੀਆਂ ਹੈਗੀਆਂ, ਨੰਬਰ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਗੱਲ ਕੀਤੀ 0300-770-2246 ਹੈਗਾ, ਕਿਉਂਕਿ ਕ੍ਰਾਈਮ ਰੇਟ ਜਿਹੜਾ ਹੈਗਾ ਹਰ ਪਾਸੇ ਵੱਧ ਰਿਹਾ, ਯਾਨੀ ਕਿ ਜਿਸ ਤਰ੍ਹਾਂ ਮੈਂ ਗੱਲ ਕੀਤੀ ਹੈਗੀ ਇਹ ਥੈਫਟ ਦੇ ਕ੍ਰਾਈਮ ਬਹੁਤ ਵਧੇ ਹੈਗੇ ਆ, ਫਰੋਡ ਦੇ ਯਾਨੀ ਕਿ ਕੇਸਿਸ ਬਹੁਤ ਵਧੇ ਹੈ, ਅਤੇ ਵਾਇਲੈਂਟ ਕ੍ਰਾਈਮ ਵੀ ਯਾਨੀ ਕਿ ਬਹੁਤ ਵਧਿਆ ਹੈਗਾ। ਇਹ ਪੁਲਿਸ ਦੇ ਮੁਤਾਬਕ ਜਿਹੜੇ ਮਰਡਰ ਦੇ ਕੇਸ ਹੈਗੇ ਆ ਉਹ ਮਾਰਚ ਯਾਨੀ ਕਿ 2023 ਤੱਕ ਜਿਹੜੇ ਸੀਗੇ ਪਿਛਲੇ ਸਾਲ ਉਹ 581 ਸੀ, ਅਤੇ ਐਤਕੀ ਯਾਨੀ ਕਿ ਮਰਡਰ ਦੇ ਕੇਸ ਜਿਹੜੇ ਹੈਗੇ ਆ 2024 ਵਿੱਚ 583, ਯਾਨੀ ਕਿ ਉਹਦੇ ਵਿੱਚ ਵੀ ਜਿਹੜਾ ਹੈਗਾ ਵਾਧਾ ਯਾਨੀ ਕਿ ਹੋਇਆ ਹੈਗਾ। ਅਤੇ ਪੁਲਿਸ ਦਾ ਇਹ ਕਹਿਣਾ ਹੈਗਾ ਕਿ ਜਿਹੜੀ ਵਾਇਲੈਂਸ ਹੈਗੀ ਆ, ਰੋਬਰੀ ਹੈਗੀ ਆ ਜਾਂ ਸੈਕਸੁਅਲ ਓਫੈਂਸਿਸ ਹੈਗੇ ਆ, ਉਹਨਾਂ ਵਿੱਚ ਜਿਹੜਾ ਹੈਗਾ 2.1 ਹੈਗਾ ਟਾਈਮਸ ਪਰ ਜਿਹੜਾ ਹੈਗਾ ਯਾਨੀ ਕਿ ਇਹਦੇ ਵਿੱਚ ਹੋਰ ਵਾਧਾ ਯਾਨੀ ਕਿ ਹੋਇਆ ਹੈਗਾ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲ ਰਹੇ, ਤੁਹਾਡਾ ਕੀ ਖਿਆਲ, ਮੈਂ ਜਾਣਾ ਚਾਹੁੰਦਾ। ਹੈਲੋ ਜੀ, ਵੈਲਕਮ ਹੈ ਜੀ। ਹੈਲੋ, ਮੈਂ ਮੁਹੰਮਦ ਬੋਲ ਰਿਹਾ ਸਰ। ਮੁਹੰਮਦ ਸਾਹਿਬ ਵੈਲਕਮ ਹੈ, ਕੀ ਕਹਿਣਾ ਚਾਹੁੰਦੇ ਕ੍ਰਾਈਮ ਬਾਰੇ? ਕ੍ਰਾਈਮ ਮਤਲਬ ਇਹ ਕਿਸੇ ਫਾਰਮ 'ਚ ਹੀ ਹੋਵੇ, ਕ੍ਰਾਈਮ ਨਾਲ ਕੋਈ ਸਲੂਸ਼ਨ ਨਹੀਂ ਹੈਗਾ। ਮਤਲਬ ਇਹ ਆਦਮੀ ਮਿਹਨਤ ਦੇ ਲੱਗੀ ਨਾਲ ਕੰਮ ਕਰੇ ਤਾਂ ਜ਼ਰੂਰ ਅੱਲਾਹ ਤਾਲਾ ਉਹਦਾ ਪਲ ਦਿੰਦਾ। ਉਹਨਾਂ ਦੇਖੋ, ਸਾਡੇ ਲੋਕ ਇੱਥੋਂ ਇੰਡੀਆ ਪਾਕਿਸਤਾਨ ਤੋਂ ਇੱਥੇ ਆਉਂਦੇ ਨੇ ਅਤੇ ਕਹਿੰਦੇ ਨੇ ਜੀ ਗੋਰੇ ਸਾਡੇ ਅੰਗਰੇਜ਼ ਜਿਹੜੇ ਨੇ ਸਾਡੇ ਨਾਲ ਡਿਸਕ੍ਰੀਮੀਨੇਸ਼ਨ ਕਰਦੇ ਨੇ, ਨੌਕਰੀਆਂ ਨਹੀਂ ਦਿੰਦੇ। ਉਹਨਾਂ ਕੋਲ ਬੰਦਾ ਪੁੱਛੇ ਕਿ ਤੁਹਾਨੂੰ ਟਿਕਟ ਦੇ ਕੇ ਉਹਨਾਂ ਨੇ ਇੱਥੇ ਬੁਲਾਇਆ, ਇੱਥੇ ਆਏ ਹੋ ਅਤੇ ਮਤਲਬ ਜਿਸ ਤਰ੍ਹਾਂ ਉੱਥੇ ਵੈ ਕੌਮ ਤੁਸੀਂ ਕਰਦੇ ਹੋ ਨੌਕਰੀਆਂ, ਇੱਥੇ ਵੀ ਦਿਲ ਲਾ ਕੇ ਕੰਮ ਕਰੋ। ਹੁਣ ਨੈਸ਼ਨਲ ਹੈਲਥ ਸਰਵਿਸ 'ਚ ਇੰਨੇ ਸਾਡੇ ਲੋਕ ਨੇ, ਨਰਸਾਂ, ਡਾਕਟਰ, ਦੂਸਰੇ ਵਿਸ਼ਵ ਕਈ ਕੌਂਸਲਰ ਬਣੇ ਨੇ, ਲਾਰਡ ਮੇਅਰ ਤੱਕ ਬਣੇ ਨੇ, ਅਤੇ ਮਿਹਨਤ ਕਰਨ 'ਚ ਨਾਲ ਹੀ ਮਤਲਬ ਸਲੂਸ਼ਨ ਹੈ। ਕ੍ਰਾਈਮ ਜਿਹੜਾ ਉਹਨੂੰ ਕੋਈ ਸਲੂਸ਼ਨ ਨਹੀਂ ਹੈਗਾ। ਮਤਲਬ ਕ੍ਰਾਈਮ ਨੂੰ ਹਮੇਸ਼ਾ ਡਿਸਕਰੇਜ ਕਰਨਾ ਚਾਹੀਦਾ ਹੈ, ਕੋਈ ਕਿਸੇ ਫਾਰਮ 'ਚ ਹੋਵੇ, ਕ੍ਰਾਈਮ ਇਜ਼ ਅ ਕ੍ਰਾਈਮ। ਸਾਡੇ ਨੌਜਵਾਨਾਂ ਨੂੰ ਮਤਲਬ ਮਿਹਨਤ ਨਾਲ ਦਿਲ ਲਾ ਕੇ ਕੰਮ ਕਰਨ 'ਤੇ ਜ਼ਰੂਰ ਉਹਨਾਂ ਨੂੰ ਉਹਦਾ ਰਿਵਾਰਡ ਮਿਲੇਗਾ। ਅਤੇ ਪਰ ਅੱਜ ਇੱਕ ਸ਼ੇਰ ਨਾਲ ਆਪਣਾ ਖਤਮ ਕਰਨਾ,
ਕਦੀ ਕਦਾਈ ਦੁਨੀਆਂ ਤੇ ਬੰਦਾ ਇਕੱਲਾ ਰਹਿ ਜਾਂਦਾ ਹੈ, ਆਪਣੇ ਵੀ ਗੈਰ ਬਣ ਜਾਂਦੇ ਨੇ, ਬਸ ਇਕੱਲਾ ਰਹਿ ਜਾਂਦਾ ਹੈ। ਬਿਲਕੁਲ ਬਿਲਕੁਲ, ਥੈਂਕ ਯੂ ਵੈਰੀ ਮਚ, ਥੈਂਕ ਯੂ ਜੀ, ਬਹੁਤ ਬਹੁਤ ਮਿਹਰਬਾਨੀ। ਇਹ ਤਾਂ ਸੀ ਮੇਰੇ ਵੀਰ ਡਾਕਟਰ ਮੁਹੰਮਦ ਹੋਣੀ, ਜਿਨ੍ਹਾਂ ਨੇ ਫੋਨ ਕੀਤਾ, ਆਪਣੇ ਵਿਚਾਰ ਉਹਨਾਂ ਸਾਡੇ ਨਾਲ ਸਾਂਝੇ ਕੀਤੇ। ਅਤੇ ਜਿਸ ਤਰ੍ਹਾਂ ਮੈਂ ਗੱਲ ਸੀ ਕਰ ਲਿਆ ਵੀ ਜਿਹੜੀਆਂ ਪੁਲਿਸ ਦੀਆਂ ਫਿਗਰਸ ਹਨ ਕਿ ਜਾਂ ਗੌਰਮੈਂਟ ਦੀਆਂ ਫਿਗਰਸ ਹੈਗੀਆਂ, ਉਹਨਾਂ ਵਿੱਚ ਜਿਹੜਾ ਸਭ ਤੋਂ ਜ਼ਿਆਦਾ ਕ੍ਰਾਈਮ ਜਿਹੜਾ ਹੈਗਾ ਉਹ 15 ਤੋਂ 17 ਸਾਲ ਦੇ ਜਿਹੜੇ ਨੌਜਵਾਨ ਆ ਉਹ ਕਰਦੇ, ਉਹਦਾ ਜਿਹੜਾ 74% ਕ੍ਰਾਈਮ ਜਾਨੀ ਕਿ ਉਹ ਕਰਦੇ ਹੈ, ਅਤੇ ਇਹਨਾਂ ਵਿੱਚੋਂ ਜਿਹੜੇ ਬੋਇਜ਼ ਹੈਗੇ ਆ ਉਹ 86% ਹੈ ਜਿਹੜਾ ਜਾਨੀ ਕ੍ਰਾਈਮ ਕਰਦੇ। ਹੈਲੋ ਜੀ, ਕੌਣ ਤੋਂ ਜੀ, ਕਿੱਥੋਂ ਬੋਲ ਰਹੇ ਜੀ? ਹੈਲੋ ਹਰੀਸ਼ ਜੀ, ਮੈਂ ਸੂਰਤ ਦਸਾਂਝ। ਸੂਰਤ ਦਸਾਂਝ ਜੀ, ਕਾਮਰੇਡ ਦਸਾਂਝ ਸਾਹਿਬ, ਤੁਹਾਡਾ ਕੀ ਖਿਆਲ ਹੈ ਕ੍ਰਾਈਮ ਬਾਰੇ, ਕਿਉਂ ਵਧਿਆ, ਕਿਉਂ ਵੱਧ ਰਿਹਾ, ਅਤੇ ਇਹਦੇ ਬਾਰੇ ਕੀ ਕਰ ਸਕਦੇ? ਮੈਂ ਇੰਨਾ ਕਹਿਣਾ ਚਾਹੁੰਦਾ ਕਿ ਸਾਰੇ ਸਰੋਤੇ ਜਿਹੜੇ ਹੈਗੇ ਉਹ ਆਪਣਾ ਖਿਆਲ ਦੱਸ, ਆਈ ਮੀਨ ਜਿਹੜੇ ਕਿ ਬੋਲ ਕੇ ਗਏ ਹੈਗੇ, ਠੀਕ ਆ, ਇਹ ਵੀ ਕ੍ਰਾਈਮ ਜਿਹੜੇ ਸਾਰੇ ਉਹਨਾਂ ਦੇ ਉੱਤੇ ਸਾਡੀ ਅਟੈਂਸ਼ਨ ਡਰਾ ਹੋਣੀ ਚਾਹੀਦੀ ਹੈਗੀ, ਲੇਕਿਨ ਸਾਨੂੰ ਇਸ ਕ੍ਰਾਈਮ ਦੇ ਉੱਤੇ ਬਹੁਤ ਸਾਰਾ ਧਿਆਨ ਦੇਣਾ ਚਾਹੀਦਾ ਕਿ ਜਿਹੜਾ ਰੇਸਿਜ਼ਮ ਦਾ ਕ੍ਰਾਈਮ ਆ ਉਹ ਵੀ ਬਹੁਤ ਵੱਧ ਰਿਹਾ। ਪਿਛਲੇ ਅਜੇ ਪਿਛਲੇ ਹਫ਼ਤੇ ਹੀ ਆਪਣੇ ਲੈਸਟਰ ਸ਼ਹਿਰ ਦੇ ਵਿੱਚ ਆਪਣਾ 80 ਸਾਲ ਦਾ ਮਿਸਟਰ ਕੋਹਲੀ ਸੀ, ਉਹਦਾ ਮਰਡਰ ਹੋ ਗਿਆ। ਮੇਰੇ ਇਹੀ ਰਿਮਾਂਡ ਆਉਣਾ ਸੀਗਾ ਕਿ ਰੇਸਿਜ਼ਮ ਦਾ ਕ੍ਰਾਈਮ ਜਿਹੜਾ ਹੈਗਾ ਉਹ ਸਾਨੂੰ ਸਾਰਿਆਂ ਨੂੰ ਇੱਕ ਪਾਸੇ ਵੱਲ ਨੂੰ ਸੋਚਣ ਦੀ ਕਹਿੰਦਾ ਹੈਗਾ ਕਿ ਇਹ ਰੇਸਿਜ਼ਮ ਦਾ ਕ੍ਰਾਈਮ ਸਿਰਫ ਸਾਡੇ ਕਾਲੇ ਰੰਗ ਦੇ ਜਾਂ ਰੰਗਦਾਰ ਲੋਕ ਜਿਹੜੇ ਜਿਹਦੇ ਵਿੱਚ ਅਸੀਂ ਇੰਡੀਅਨ, ਪਾਕਿਸਤਾਨੀ, ਏਸ਼ੀਅਨ ਸਾਰੇ, ਈਵਨ ਕਿ ਬਲੈਕ ਪੀਪਲ ਸਾਰੇ ਅਸੀਂ ਇੱਕੋ ਹੀ ਰੰਗ ਦੇ ਹਾਂਗੇ, ਇਹ ਸਾਰੇ ਆ ਜਾਂਦੇ ਆ, ਤੇ ਸਾਨੂੰ ਇਸ ਕਰਕੇ ਜਿਹੜੀ ਸਾਡੀ ਯੂਨਿਟੀ ਆ, ਔਰ ਖਾਸ ਤੌਰ ਦੇ ਉੱਤੇ ਜਿਹੜੇ ਏਸ਼ੀਅਨ ਹੈਗੇ, ਇੰਡੀਅਨ, ਪਾਕਿਸਤਾਨੀ, ਬੰਗਲਾਦੇਸ਼ੀ, ਸਾਡੀ ਆਪਣੀ ਯੂਨਿਟੀ ਜਿਹੜੀ ਬਹੁਤ ਜ਼ਰੂਰੀ ਆ, ਨਾ ਕਿ ਅਸੀਂ ਆਪਣੇ ਛੋਟੇ ਛੋਟੇ ਝਗੜਿਆਂ 'ਚ ਫਸੇ ਰਹੀਏ। ਜਿਹੜੇ ਇਹ ਅੱਜ ਕੱਲ੍ਹ ਵਿਚਾਰੇ ਘਰ ਬਾਹਰ ਛੱਡ ਕੇ ਵੋਟਾਂ ਦੇ ਵਿੱਚ ਆਉਂਦੇ ਨੇ, ਉਹਨਾਂ ਦੇ ਕੋਲ ਕੁਛ ਨਹੀਂ ਹੁੰਦਾ, ਸਿਰਫ ਉਹਨਾਂ ਦੀਆਂ ਬੋਡੀਜ਼ ਹੁੰਦੀਆਂ, ਮਤਲਬ ਜਿਉਂਦੇ ਹੁੰਦੇ ਸਿਰਫ, ਔਰ ਉਹ ਇਹਨਾਂ ਦੇ ਕੰਗਾਲ ਕੀਤੇ ਹੁੰਦੇ ਆ। ਜਿਹੜੇ ਸਰਮਾਏਦਾਰ ਮੁਲਕ ਆ ਜਿਹੜੇ, ਇਹਨਾਂ ਨੇ ਉੱਥੇ ਪਹਿਲਾਂ ਤਾਂ ਲੜਾਈਆਂ ਲਾਈਆਂ, ਫਿਰ ਲੁੱਟਿਆ, ਅਤੇ ਫਿਰ ਲੜਾਈਆਂ ਲਾਈਆਂ, ਹੁਣ ਉਹ ਉਹਨਾਂ ਦੇ ਕੋਲ ਕੋਈ ਰਹਿਣ ਲਈ ਵਸੀਲਾ ਨਹੀਂ ਹੁੰਦਾ, ਤਾਂ ਉਹ ਆਪਣੀ ਜ਼ਿੰਦਗੀ ਜਿਹੜੀ ਆ ਦਾਅ 'ਤੇ ਲਾ ਕੇ ਅਤੇ ਇਹਦਰ ਨੂੰ ਤੁਰਦੇ ਆ, ਔਰ ਉਹਨਾਂ ਦਾ ਜਿਹੜਾ ਅਸਰ ਹੈਗਾ ਉਹ ਇੱਥੋਂ ਦੀ ਵਰਕਿੰਗ ਕਲਾਸ, ਜਿਹੜੀ ਗੋਰੇ ਵਰਕਿੰਗ ਕਲਾਸ, ਕਿਉਂਕਿ ਮੈਂ ਗੋਰੇ ਵਰਕਿੰਗ ਕਲਾਸ ਦੇ ਵਿੱਚ ਵਿਚਰਦਾ ਹਾਂਗਾ, ਇੰਗਲਿਸ਼ ਵਰਕਿੰਗ ਕਲਾਸ ਦੇ ਵਿੱਚ, ਅਤੇ ਕਦੇ ਤੁਸੀਂ ਉਹਨਾਂ ਦੇ ਖਿਆਲ ਸੁਣ ਕੇ ਦੇਖੋ ਨਾ, ਅਤੇ ਉਹ ਹਮੇਸ਼ਾ ਹੀ ਉਹ ਇਹ ਨਹੀਂ ਦੇਖਦੇ ਆ ਕਿਹੜਾ ਨਵਾਂ ਅਤੇ ਕਿਹੜਾ ਪੁਰਾਣਾ, ਉਹ ਸਾਰਿਆਂ ਨੂੰ ਇੱਕ ਬਰਾਬਰ ਸਮਝਦੇ ਆ। ਸੋ ਇਸ ਕਰਕੇ ਸਾਡੇ ਅੱਜ ਜਿਹੜੇ ਸਾਰੇ ਟੈਲੀਵਿਜ਼ਨ ਦਾ ਪ੍ਰੋਗਰਾਮ ਤੁਹਾਡੇ ਸੁਣ ਰਹੇ ਹੈਗੇ, ਇਹਨਾਂ ਨੂੰ ਇਸ ਪਾਸੇ ਪੁੱਛਣਾ ਚਾਹੀਦਾ ਹੈਗਾ ਕਿ ਜਿਹੜਾ ਨਸਲਵਾਦ ਦਾ ਕ੍ਰਾਈਮ ਆ ਉਹ ਸਾਨੂੰ ਇਕੱਠੇ ਹੋਣ ਲਈ ਪ੍ਰੇਰਦਾ। ਬਿਲਕੁਲ ਬਿਲਕੁਲ, ਔਰ ਅਸੀਂ ਇੱਕ ਦੂਜੇ ਨਾਲ ਮਤਲਬ ਪਿਆਰ ਮੁਹੱਬਤ ਨਾਲ ਰਹੀਏ, ਔਰ ਇੱਥੋਂ ਤੱਕ ਕਿ ਜੇ ਇੱਕ ਦੂਜੇ ਦੇ ਉੱਤੇ ਕੋਈ ਅਟੈਕ ਹੁੰਦਾ ਵੀ ਆ, ਇਹਨਾਂ ਦੇਖੀਏ ਕਿ ਇਹ ਮੁਸਲਮਾਨ ਆ ਤਾਂ ਇਹ ਸਿੱਖ ਆ, ਜਾਂ ਹਿੰਦੂ ਆ, ਜਾਂ ਇਹ ਗੁਜਰਾਤੀ ਆ, ਜਾਂ ਇਹ ਕਾਲਾ ਵਾ, ਕਿਉਂਕਿ ਇਹ ਸਾਨੂੰ ਸਾਰਿਆਂ ਨੂੰ ਇੱਕ ਬਰਾਬਰ ਸਮਝਦੇ ਹੈਗੇ। ਸੋ ਮੇਰਾ ਇੰਨਾ ਕਹਿਣਾ ਹੈਗਾ, ਬੜਾ ਅੱਛਾ ਤੁਸੀਂ ਪ੍ਰੋਗਰਾਮ ਕਰਦੇ ਆ, ਇਹ ਹੀ ਹੈਗਾ ਕਿ ਇਹ ਹਾਂ, ਜਿੱਥੇ ਤੰਗੀਆਂ ਵੱਧਦੀਆਂ ਹੈਗੀਆਂ ਇਸ ਮੁਲਕ ਦੇ ਵਿੱਚ ਇਸ ਵੇਲੇ, ਇਕਨੋਮਿਕ ਪੱਖ ਤੋਂ ਇਹ ਬਿਲਕੁਲ ਡਾਊਨ ਵਰਲਡ ਜਾ ਰਿਹਾ ਫਾਰ ਮੈਨੀ ਈਅਰਸ, ਜਦੋਂ ਤੰਗੀਆਂ ਵੱਧਦੀਆਂ ਹੈਗੀਆਂ ਤਾਂ ਉੱਥੇ ਉਹ ਤੰਗੀਆਂ ਦਾ ਅਸਰ ਹਮੇਸ਼ਾ ਆਮ ਪਬਲਿਕ 'ਤੇ ਹੁੰਦਾ, ਜਦੋਂ ਆਮ ਪਬਲਿਕ 'ਤੇ ਹੁੰਦਾ ਤਾਂ ਪਬਲਿਕ ਨੂੰ ਇਹ ਨਹੀਂ ਪਤਾ ਹੁੰਦਾ ਆਮ ਤੌਰ ਦੇ ਉੱਤੇ ਕਿ ਤੰਗੀ ਦਾ ਕਾਰਨ ਕੀ ਆ, ਅਤੇ ਉਹ ਹਮੇਸ਼ਾ ਕੋਈ ਨਾ ਕੋਈ ਸਕੇਪ ਗੋਟ ਬਣਾਉਂਦੇ ਆ, ਅਤੇ ਅਸੀਂ ਲੋਕ ਜਿਹੜੇ ਆ ਉਹ ਸਕੇਪ ਗੋਟ ਬਹੁਤ ਈਜ਼ੀਲੀ ਬਣ ਸਕਦੇ ਹਾਂ। ਇਹ ਗੱਲ ਠੀਕ ਹੈ ਕਿ ਅੱਜ ਅਸੀਂ ਪਿੱਛੇ ਪੈਰ ਕਰਕੇ ਬੈਠੇ ਹਾਂ, ਸਾਡੇ ਬੱਚੇ ਵੀ ਆ, ਪਰ ਨਾਲ ਦੀ ਨਾਲ ਹੈਗਾ ਕਿ ਜਿੰਨੇ ਅਸੀਂ ਤਕੜੇ ਹੋਏ ਹਾਂ ਉਹਨਾਂ ਦੁਸ਼ਮਣ ਵੀ ਤਕੜਾ ਹੋ ਸਕਦਾ, ਇਸ ਕਰਕੇ ਆਪਸ ਵਿੱਚ ਵੀ ਅਸੀਂ, ਸਾਨੂੰ ਇਸ ਚੀਜ਼ ਉੱਤੇ ਵਿਚਾਰ ਕਰਨਾ ਚਾਹੀਦਾ।
ਓਕੇ ਜੀ ਦੁਸਾਂਝ ਸਾਹਿਬ, ਬਹੁਤ ਬਹੁਤ ਮਿਹਰਬਾਨੀ। ਇਹ ਤਾਂ ਸੀ ਮੇਰੇ ਵੀਰ ਸੂਰਤ ਦੁਸਾਂਝ ਹੁਣੀ, ਕਾਮਰੇਡ ਦੁਸਾਂਝ ਹੁਣੀ, ਜਿਨ੍ਹਾਂ ਨੇ ਨਿਊਨੀਟਨ ਤੋਂ ਫੋਨ ਕੀਤਾ ਹੈਗਾ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹਾਂ? ਅਜੇ ਮੇਰੇ ਤੋਂ 7 ਮਿੰਟ ਹੈ, ਕਿਉਂਕਿ ਵਿਸ਼ਾ ਜਿਹੜਾ ਹੈਗਾ ਉਹ ਤੁਹਾਡੇ ਨਾਲ, ਮੇਰੇ ਨਾਲ, ਆਪਣੇ ਹਰ ਇੱਕ ਨਾਲ ਇਹ ਸੰਬੰਧਿਤ ਹੈਗਾ। ਅਤੇ ਇਹਦੇ 'ਤੇ ਜਿੰਨੀ ਵੀ ਗੱਲ ਕੀਤੀ ਜਾਵੇ ਉਨੀ ਗੱਲ ਥੋੜ੍ਹੀ ਹੈਗੀ ਆ, ਕਿਉਂਕਿ ਜਿਹੜੇ ਫੈਕਸ਼ਨ ਫਿਗਰਸ ਯਾਨੀ ਕਿ ਦੱਸ ਰਹੇ ਹੈਗੇ ਉਹ ਬੜੇ ਘਿਨਾਉਣੇ ਹੈਗੇ ਆ। ਅਤੇ ਇਹ ਵੀ ਪਤਾ ਲੱਗਾ ਕਿ ਲੰਡਨ ਵਿੱਚ ਜਿਹੜਾ ਉਹ 6.7% ਜਿਹੜਾ ਇਨਕਰੀਜ਼ ਹੋਇਆ ਹੈਗਾ ਵਾਇਲੈਂਟ ਕ੍ਰਾਈਮ ਦੇ ਵਿੱਚ। ਅਤੇ ਜਿਹੜੇ ਵਾਇਲੈਂਟ ਕ੍ਰਾਈਮ ਯਾਨੀ ਕਿ ਜਿਹੜੇ ਹੈਗੇ ਆ ਉਹ ਥੈਫਟ ਕ੍ਰਾਈਮ ਜਿਹੜਾ ਹੈਗਾ ਹੈਵ ਰਿਜ਼ਨ 18% ਇਨ ਦਾ ਰੀਸੈਂਟ ਈਅਰਸ। ਅਤੇ ਪਾਵਰਟੀ ਐਂਡ ਇਨਕੁਆਲਿਟੀ ਹੈਵ ਡਾਇਰੈਕਟ ਇੰਪੈਕਟ ਔਨ ਵਾਇਲੈਂਟ ਕ੍ਰਾਈਮਸ ਅਕਰੋਸ UK ਐਜ਼ ਵੈਲ ਐਜ਼। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲ ਰਹੇ ਜੀ? ਡਾਕਟਰ ਸਾਹਿਬ, ਮੈਂ ਫਕੀਰ ਚੰਦ ਚੌਹਾਨ ਬੋਲ ਰਿਹਾ। ਚੌਹਾਨ ਸਾਹਿਬ, ਵੈਲਕਮ, ਤੁਹਾਡਾ ਖੁਸ਼ਾਮਦੀਦ। ਤੁਸੀਂ ਕ੍ਰਾਈਮ ਬਾਰੇ ਕੀ ਕਹਿਣਾ ਚਾਹੁੰਦੇ ਆ? ਦੇਖੋ, ਜਿਹੜਾ ਕ੍ਰਾਈਮ ਵਧਣ ਦੀ ਜਿਹੜੀ ਕਾਰਨ ਹੈਗੇ ਆ, ਹਾਂਜੀ ਹਾਂਜੀ, ਕਿਉਂਕਿ ਅੱਗੇ ਨਾਲੋਂ ਜ਼ਿਆਦਾ ਕ੍ਰਾਈਮ ਵਧਿਆ। ਹਾਂਜੀ ਬਿਲਕੁਲ। ਪਰ ਹੁਣ ਦੇਖੋ, ਬੜੀ ਉਹਨੂੰ ਰੋਕਣਾ ਕਿਸ ਤਰ੍ਹਾਂ ਆ? ਹਾਂਜੀ ਹਾਂਜੀ, ਇੱਕ ਤਾਂ ਜਿਹੜੀ ਸਮਾਜ ਦੇ ਵਿੱਚ ਇਹਦੇ ਬਾਰੇ ਜਾਗਰੂਕਤਾ ਹੋਣੀ ਚਾਹੀਦੀ ਆ, ਤੇ ਦੂਸਰੀ ਹੈਗੀ ਆ ਵੀ ਜਿਹੜੇ ਕ੍ਰਾਈਮ ਕਰਨ ਵਾਲੇ, ਜੇ ਉਹ ਮਤਲਬ ਉਹਨਾਂ ਨੂੰ ਕੋਈ ਕੰਮ ਮਿਲੇ ਤਾਂ ਫਿਰ ਬੰਦੇ ਉਹ ਘੱਟ ਕਰਦੇ ਕ੍ਰਾਈਮ। ਬਿਲਕੁਲ ਬਿਲਕੁਲ ਬਿਲਕੁਲ, ਕਿਉਂਕਿ ਜਿਹੜੀ ਬੇਰੁਜ਼ਗਾਰੀ ਆ, ਹਾਂਜੀ ਹਾਂਜੀ, ਇਹ ਵੀ ਇੱਕ ਵੱਡਾ ਕਾਰਨ ਹੈ। ਹਾਂਜੀ, ਪਰ ਹੁਣ ਇੱਥੇ ਤੁਸੀਂ ਦੇਖੋ ਵੀ ਜਿਹੜੇ ਇਦਾਂ ਦੇ ਹਾਲਤ ਹੋ ਗਏ ਆ ਵੀ ਇੱਥੇ ਪੁਲਿਸ ਸਟੇਸ਼ਨ ਵੀ ਇਹ ਬਹੁਤੇ ਬੰਦ ਕਰ ਰਿਹਾ। ਬਿਲਕੁਲ ਬਿਲਕੁਲ ਬਿਲਕੁਲ, ਯਾਨੀ ਉਹ ਤੁਸੀਂ ਉਹ ਜਾ ਕੇ ਦੇਖੋ ਵੀ ਜੇ ਕੋਈ ਕੰਪਲੇਂਟ ਕਰਦਾ ਹੈਗਾ ਉੱਥੇ ਕੋਈ ਹੈ ਹੀ ਨਹੀਂ ਹੈਗਾ। ਹਾਂਜੀ ਹਾਂਜੀ, ਜੇ ਹੁਣ ਜਿਹਨਾਂ ਤੇ ਹਮਲੇ ਹੁੰਦੇ ਉਹ ਵੀ ਤਾਂ ਪੁਲਿਸ ਨੂੰ ਹੀ ਦੱਸਣਾ। ਬਿਲਕੁਲ ਬਿਲਕੁਲ ਬਿਲਕੁਲ, ਇਸ ਕਰਕੇ ਜਾਨੀ ਮਤਲਬ ਜਿਹੜਾ ਅੱਗੇ ਨਾਲੋਂ ਬਹੁਤ ਹਾਲਤ ਖਰਾਬ ਹੋ ਰਿਹਾ ਹੈ। ਪਰ ਸਾਰਿਆਂ ਦਾ ਇਹ ਫਰਜ਼ ਬਣਦਾ ਵੀ ਇਹਦੇ ਬਾਰੇ ਜਾਨੀ ਮਤਲਬ ਲੋਕਾਂ ਦੇ ਵਿੱਚ ਜ਼ਿਆਦਾ ਅਵੇਅਰਨੈਸ, ਖਾਸ ਤੌਰ 'ਤੇ ਤੁਸੀਂ ਦੇਖੋ ਵੀ ਜਿਹੜੇ ਓਲਡ ਪਰਸਨ ਆ ਉਹਨਾਂ 'ਤੇ ਅਟੈਕ ਜ਼ਿਆਦਾ ਹੁੰਦੇ ਆ। ਡਿਸੇਬਲ ਲੋਕਾਂ 'ਤੇ ਵੀ ਹੁੰਦੇ ਬਹੁਤ? ਪਹਿਲਾਂ ਦੇਖਿਆ ਜਾਂਦਾ ਵੀ ਇਸ ਘਰ ਦੇ ਵਿੱਚ ਕੋਈ ਹੈਗਾ ਸਿਆਣਾ, ਉਹਨਾਂ ਦੇ ਜ਼ਿਆਦਾ ਹਮਲੇ ਹੁੰਦੇ ਵੀ ਇਹਨਾਂ ਨੂੰ ਲੁੱਟੀਏ ਔਰ ਮਾਰੀਏ। ਬਿਲਕੁਲ ਜੀ ਬਿਲਕੁਲ, ਫਿਰ ਤੁਰੇ ਜਾਂਦੇ ਆ ਤਾਂ ਚੀਜ਼ਾਂ ਖੋਣੀਆਂ, ਬੈਗ ਖੋਣੇ, ਇਹ ਤਾਂ ਆਮ ਜਿਹੀ ਗੱਲ ਹੋ ਗਈ। ਹਾਂਜੀ 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 ਹਾਂਜੀ, ਇਸ ਕਰਕੇ ਜਾਨੀ ਇਹ ਬਹੁਤ ਜ਼ਰੂਰੀ ਆ ਵੀ ਸਮਾਜ ਦੇ ਵਿੱਚ ਜਿਹੜਾ ਸਮਾਜ ਅਪਰਾਧ ਮੁਕਤ ਚਾਹੀਦਾ। ਔਰ ਫਿਰ ਜਿਹੜੀ ਵੱਡੀ ਤਾਂ ਗੱਲ ਆ, ਜਿਹੜੀ ਹੈ ਨਾ ਮਤਲਬ ਫਿਲਮਾਂ ਬਣਦੀਆਂ ਜਾਂ ਕਿੱਦਾਂ, ਉਹਦੇ ਵਿੱਚ ਅਪਰਾਧ ਨੂੰ ਬਹੁਤ ਦਿਖਾਲਿਆ ਜਾਂਦਾ। ਬਿਲਕੁਲ ਬਿਲਕੁਲ, ਚਾਹੀਦਾ ਤਾਂ ਹੈਗਾ ਵੀ ਇਹਨੂੰ ਇਹ 'ਤੇ ਪ੍ਰਬੰਧ ਹੋਣਾ ਚਾਹੀਦਾ। ਅਤੇ ਜਿਹੜੀ ਹਿੰਸਾ ਹੁੰਦੀ ਆ, ਹਿੰਸਾ ਦੇਖੋ ਸਮਾਜ ਦੇ ਵਿੱਚ ਹਿੰਸਾ ਨਹੀਂ ਚਾਹੀਦੀ। ਜਿਹੜੇ ਨਸ਼ੇ ਵੀ ਜਿਹੜੇ ਆ ਨਾ, ਨਸ਼ੇ ਵੀ ਬਹੁਤ ਹੈਗੇ ਆ ਮਤਲਬ। ਔਰ ਆਵਾਗੌਣ ਜਿਹੜੇ ਵੱਡੀ ਗੱਲ ਆ ਵੀ ਮੈਂ ਬਹੁਤ ਇੱਥੇ ਤੁਰਦਾ ਫਿਰਦਾ, ਕਈ ਜਿਹੜੇ ਉਹ ਕੰਮ ਨਹੀਂ ਕਰਦੇ, ਜਗ੍ਹਾ ਜਗ੍ਹਾ ਤੇ ਉਹ ਰੁਕਦੇ ਦੇਖਦੇ ਆ ਵੀ ਕਿਹੜਾ ਕਿੱਧਰ ਨੂੰ ਜਾ ਰਿਹਾ, ਕਿਹੜਾ ਕਿੱਧਰ ਨੂੰ ਜਾ ਰਿਹਾ, ਔਰ ਪੈਸੇ ਬਹੁਤ ਮੰਗਦੇ ਆ। ਹਾਂਜੀ ਹਾਂਜੀ, ਪੈਸੇ ਮੰਗਦੇ ਵੀ ਮੇਰੇ ਕੋਲ ਪੈਸੇ ਨਹੀਂ, ਮੈਂ ਆਹ ਕਰਨਾ ਆਹ ਕਰਨਾ, ਵੀ ਦੇਖੋ ਵੀ ਤੁਹਾਨੂੰ ਜ਼ਿਆਦਾ ਇੱਥੇ ਬੈਨੀਫਿਟ ਮਿਲਦਾ, ਤੁਸੀਂ ਕਿਉਂ ਨਹੀਂ ਉਹਦੇ ਮੁਤਾਬਿਕ ਚੱਲਦੇ? ਇਸ ਕਰਕੇ ਜ਼ਰੂਰੀ ਆ ਵੀ ਜਿਹੜਾ ਅਪਰਾਧ ਆ ਇਹ ਜ਼ਰੂਰ ਮਤਲਬ ਇਹ ਖਤਮ ਹੋਣਾ ਚਾਹੀਦਾ, ਔਰ ਹਰ ਇੱਕ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਜ਼ਰੂਰ ਇਹਦੇ ਬਾਰੇ ਜ਼ਰੂਰ ਇਹਦਾ ਹੱਲ ਲੱਭਿਆ ਜਾਵੇ। ਇੰਨਾ ਹੀ ਕਹਿੰਦਾ ਹੋਇਆ, ਜੈ ਭੀਮ ਜੈ। ਜੈ ਭੀਮ ਜੈ ਜੈ ਭਾਰਤ। ਇਹ ਤਸਵੀਰ ਮੇਰੇ ਵੀਰ ਫਕੀਰ ਚੰਦ ਚੌਹਾਨ ਹੋਣੀ, ਜਿਨ੍ਹਾਂ ਨੇ ਬਰਮਿੰਘਮ ਤੋਂ ਫੋਨ ਕੀਤਾ। ਅਤੇ ਜਿਹੜੇ ਫੈਕਸ਼ਨ ਫਿਗਰਸ, ਜਿਸ ਤਰ੍ਹਾਂ ਮੈਂ ਗੱਲ ਸੀ ਕਰ ਰਿਹਾ, ਉਹ ਕਾਫੀ ਜਿਹੜੇ ਹੈਗੇ ਆ ਉਹ ਡਰਾਉਣੇ ਹੈ। ਜਿਹੜਾ ਕ੍ਰਾਈਮ ਰੇਟ ਹੈਗਾ ਇੰਗਲੈਂਡ ਵਿੱਚ ਅਤੇ ਵੇਲਸ ਵਿੱਚ, ਉਹ 132.4 ਪਰ ਯਾਨੀ ਕਿਹੜਾ ਹੈਗਾ 1000 ਪੀਪਲ ਯਾਨੀ ਕਿ ਵਧਿਆ ਹੈਗਾ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲ ਰਹੇ ਜੀ?
मैं बर्मिंघम से बोल रही हूँ, मेरे पता है आपके पास बहुत टाइम शॉर्ट है। हाँ जी, थैंक यू। बस इतना ही कहूंगी कि जितने भी तुम्हारे सबको ये बताना चाहती हूँ कि कैसे बचाव किया जा सकता है। सबसे पहले मैं ये कहूंगी अपने घरों के जितने भी तुम्हारे गार्डन में जितने भी टूल्स है, लैडर्स है, इन सबको जितना भी रबिक क्लीनिंग स्टफ होता है जैसे ब्रिक्स हुई, ये रबल्स हुआ, इन सबको हटा दीजिए। और जितने भी तुम्हारे व्हील्स बिन्स होते डस्टबिन भी, इनको दूर रखिए क्योंकि इनके ऊपर चढ़कर वह लोग जो है घर के अंदर आने का उनके चांसेस है। इसलिए इन चीजों को, इन चीजों से अवेलेबल, और जितने भी आपके फेंस है, डोर है, विंडोज है कार के, घर के रात को सोने वक्त बंद करिए, लॉक करिए। अगर आप सीसीटीवी कैमरा लगा सकते हैं घर के बाहर और जो लाइट होती है वो लगाएं, जिससे कि थोड़ा फर्क पड़ेगा। और इसके साथ जितने भी हमारे यहाँ के एजुकेशन प्रोग्राम, इनको करना चाहिए गवर्नमेंट को अबाउट ड्रग्स, लोगों को जो एजुकेशन दी जाए कि ये नहीं गुड है, और इनके लिए इनको लोगों को किस तरह की हेल्प की जाए, इनसे छुटकारा दिलाने के लिए इस तरह के भी प्रोग्राम करने चाहिए इनको। और इसके साथ मैं ये भी कहूंगी कि इन चीजों से ना केवल हम सेफ होंगे, हमारी कम्युनिटी भी सेफ होगी, हमारा लिविंग और स्टैंडर्ड क्वालिटी का होगा, और इसके साथ हमें हम कहीं भी जा सकते हैं, अपने आप को सेफ समझेंगे। पर जिस समय हम लोग यहाँ पर आए थे, इस कंट्री में दूध की बोतलें बाहर रखी जाती थी विद मनी, तो दूध वाला आता था वैन लेकर, वो अपने आप दूध ले जाता, पैसे निकाल लेता। आजकल को पैसा दूध की बोतल अंदर भी तो वो भी सेफ नहीं है, घर के अंदर भी। तो इसलिए मैं ये कहना चाहती हूँ कि क्यों हुआ, क्या हमारे जैसे लोग यहाँ से आए, अपने आपके साथ लेकर आए अपने मुल्कों से, चाहे वो कोई भी हो, हमारे अपने एशियन मुल्क हो चाहे रोमानियन, ये वो एक चीज को गवर्नमेंट ये पुलिस को रोकना चाहिए। जो सड़कों पर ये जो नाचते हैं ना, वो चल रही है कारें और उसके बीच में पैसे मांग रहे लोगों से, उससे अगर कोई एक्सीडेंट हो गया तो लोग कहेंगे कार वाले का कसूर है, पर नहीं, मैं कहूंगी उसका कसूर है जो सड़क पे चल रहा है और भीख मांग पैसे मांग रहे हैं। इनको पैसे बिल्कुल मत दो। और ये भी कहा जाएगा विंडो आप नीचे करेंगे तो कोई भी आपके ऊपर कोई ऐसी रिवायत डाल सकता है। तो ये इन चीजों से इन पुलिस को इसके पर जरूर ध्यान देना चाहिए, जो भी सड़क के पास रोड के बीच में खड़े होकर कुछ मांग रहे हैं उनको स्टॉप किया जाए, जिससे कि एक्सीडेंट के कम होने के चांसेस होंगे। इन सबके साथ मैं ये कहूंगी जितने भी जो पेरेंट्स है वो अपने बच्चों की हेल्प करें, उन्हें छोटे होते से सिखाएं कि ये काम नहीं करने चाहिए, बैड है इसलिए। और ये पॉवर्टी भी आ रही है, उसके कारण भी ये सब कुछ हो रहा है, मैं मानती हूँ। पर हो सकता है कि गवर्नमेंट को थोड़ा सा लोगों को जो पैसे देते हैं मंथली वीकली थोड़ा से उसमें इंक्रीज करें, और इनको जो भी जेल में पकड़े जाते लोग उन्हें छोड़े ना, उनसे काम करवाए, रोड वर्क करवाए। इस करके अपने घर की भी हिफाजत रखो, ये कोई शक नहीं है, इन्होंने बहुत सारी सर्विस जगह वो बंद करतियां है। पॉवर्टी इज अ क्वाइट बिग रीजन, अनइंपलॉयमेंट इज अ क्वाइट बिग रीजन इन ऑल द सोशल इकोनॉमिक फैक्टर्स। गवर्नमेंट पॉलिसीज है वो बहुत बड़ा रोल है, ड्रग बहुत बढ़ गई है, अल्कोहल बहुत बढ़ गई है, डिप्रैशन में जा रहा है, मैंटल हेल्थ केसिस बहुत सारे। आई कैन कैरी ऑन, ਤੁਹਾਡਾ ਸਾਰਿਆਂ ਦਾ ਮੈਂ ਇੱਕ ਵਾਰੀ ਤਹਿ ਦਿਲ ਤੋਂ ਧੰਨਵਾਦੀ ਹੈਗਾ ਜਿਨ੍ਹਾਂ ਨੇ ਅੱਜ ਪਾਰਟੀਸਪੇਟ ਕੀਤਾ ਹੈਗਾ, ਅਤੇ ਮੈਨੂੰ ਉਮੀਦ ਹੈ ਕਿ ਅਗਲੇ ਹਫ਼ਤੇ ਵੀ ਤੁਸੀਂ ਸਾਡੇ ਪੂਰੇ ਸਾਥ ਹੋ। ਅਗਲੇ ਹੈਵ ਏ ਗੁੱਡ ਡੇ।